ਹਾਏ ਮੈਂ ਮਰ ਜਾਂ, ਉਹ ਵੀ ਸੱਚੀ ਹੈਗੀ, ਚੋਲਟੀ ਕਾਹਨੂੰ ਆ, ਉਹਨਾਂ ਦੇ ਪੈਸੇ ਤਾਂ ਮੈਂ ਚੱਕ ਕੇ ਉਹਨੇ ਢੋਲੀ ਥੱਲੇ ਧਰਿਆ ਹੀ ਸੀਗੀ। ਓਹੋ, ਨੀ ਤੂੰ ਉਹਨਾਂ ਦੇ ਪੈਸੇ ਢੋਲੀ ਥੱਲੇ ਧਰਿਆਈ? ਉਹ ਮੈਂ ਮਰ ਜਾਂ, ਮੈਂ ਤੇਰੇ ਪਿੱਛੇ ਇੰਨਾ ਕੁਛ ਸੁਣ ਕੇ ਆਈ, ਇੰਨਾ ਲੜ ਕੇ ਆਈ ਆ ਉਹਦੇ ਨਾਲ, ਮੈਨੂੰ ਕੀ ਪਤਾ ਸੀ ਤੂੰ ਵੀ ਅਜੇ ਕਰਤੂਤ ਕਰਦੀ ਆ, ਤੈਨੂੰ ਕੀ ਲੋੜ ਪੈਂਦੀ ਪੈਸੇ ਚੱਕਣ ਦੀ? ਮੈਂ ਪੈਸੇ ਕਿਉਂ ਚੱਕੇ ਉਹਨਾਂ ਦੇ? ਉਹ ਤਾਂ ਡਿੱਪੂ 'ਚ ਵੱਗ ਗਈ, ਪੈਸੇ ਉੱਥੇ ਡੱਬੇ ਦੇ ਕੋਲ ਧਰ ਗਈ ਸੀਗੀ, ਮੈਂ ਉੱਥੇ ਟੇਬਲ ਜੇ ਤੋਂ ਚੱਕ ਕੇ ਉਹਨਾਂ ਦੀ ਪਿੱਪੀ ਜੀ ਥੱਲੇ ਧਰੇ, ਮੈਂ ਚੱਲ ਇੱਥੇ ਧਰ ਜਾਂਦੀ ਹੈਗੀ ਪੈਸੇ, ਅਤੇ ਅੱਜ ਮੈਂ ਦਿਮਾਗ 'ਚੋਂ ਹੀ ਨਿਕਲ ਜਾ ਤੈਨੂੰ ਕਹਿ ਕੇ ਤੋੜ ਦਿੰਦੀ ਵੀ ਫਲਾਣੇ ਥਾਂ ਉਹਨਾਂ ਦੇ ਪੈਸੇ ਪਏ ਆ। ਮੈਂ ਉਹਨੂੰ ਕਿਹਾ ਸੀ ਮੈਂ ਪੈਸੇ ਤੇਰੇ ਘਰ 'ਚ ਹੀ ਹੋਣੇ, ਪਰ ਇੱਧਰ ਉੱਧਰ ਧਰਤੇ ਹੋਣੇ, ਮੈਂ ਤੂੰ ਧਰ ਕੇ ਭੁੱਲ ਗਈ ਹੋਣੀ। ਕਹਿੰਦੀ ਨਾ ਨਾ ਆਖੇ, ਤੇਰੀ ਭੈਣ ਨੂੰ ਅੱਗੇ ਕੰਮ 'ਤੇ ਆਉਣ ਦੀ ਲੋੜ ਨਹੀਂ ਹੈਗੀ, ਚੋਰਟੀ ਆ ਫਲਾਣਾ, ਮੈਂ ਤਾਂ ਉਹਨੂੰ ਇੰਨਾ ਵਧੀਆ ਸਮਝਦੀ ਸੀ, ਘਰ ਦੀ ਜ਼ਿੰਮੇਵਾਰੀ 'ਚ ਸੀ, ਉਹਨੂੰ ਕੱਪੜਾ ਲੀੜਾ ਦਿੰਦੀ ਸੀ, ਉਹਨੂੰ ਟਾਈਮ 'ਤੇ ਸਾਰਾ ਕੁਝ ਦਿੰਦੀ ਸੀ, ਇੰਨਾ ਕੁਛ ਬੋਲੀ, ਮੈਂ ਤਾਂ ਉਹ ਨਹੀਂ ਸੁਣਦੀ ਇੰਨਾ ਕੁਛ, ਤੇਰੇ ਪਿੱਛੇ ਮੈਂ ਲੱਖ ਸੁਣ ਕੇ ਆਈ ਹਾਂ, ਉਹਦੀਆਂ ਇੰਨੀਆਂ ਗੱਲਾਂ ਸੁਣ ਕੇ ਆਈ ਹਾਂ, ਪਤਾ ਮੇਰਾ ਕਿੰਨਾ ਮਨ ਖਰਾਬ ਹੋਇਆ। ਚੱਲ ਕੋਈ ਗੱਲ ਨਹੀਂ ਕੋਮਲ, ਤੈਨੂੰ ਪਤਾ ਜਦੋਂ ਘਰੇ ਗਰੀਬੀ ਹੈ ਹੈ ਕਿਸੇ ਦੀ ਸੁਣਨੀ ਵੀ ਪੈਂਦੀ ਹੈਗੀ, ਪਰ ਆਹ ਗੱਲ ਤਾਂ ਉਹਨੇ ਗਲਤ ਕਹਿਤੀ ਹਨਾ, ਵੀ ਚੋਰ ਚੋਰ ਉਹ ਵੀ ਦੇਖ ਲੈਂਦੀ ਮਾਣਾ। ਮੈਂ ਉਹਨੂੰ ਕਹੀ ਸੀ ਇਹ ਗੱਲ, ਮਹਾ ਭੈਣੇ ਅਸੀਂ ਗਰੀਬ ਜ਼ਰੂਰ ਹਾਂ ਪਰ ਮਹਾ ਅਸੀਂ ਚੋਰ ਨਹੀਂ ਹੈਗੇ, ਜੇ ਚੋਰੀਆਂ ਕਰਨੀਆਂ ਹੁੰਦੀਆਂ ਮੈਂ ਫਿਰ ਅਸੀਂ ਤੁਹਾਡੇ ਘਰੇ ਝਾੜੂ ਪੋਚਕ ਕਰਨ ਲੱਗਦੀ ਹਾਂ। ਗੱਲ ਤਾਂ ਤੇਰੀ ਵੀ ਸਹੀ ਹੈ, ਚੱਲ ਕੋਈ ਨਾ ਫਿਰ ਮੈਂ ਐਂ ਕਰਦੀ ਹਾਂ, ਤੂੰ ਮੇਰੇ ਨਾਲ ਹੀ ਚੱਲ ਵੜ, ਮੈਂ ਉਹਨੂੰ ਦੱਸਿਆ ਆਉਣੀ ਆ ਵੀ ਅਸੀਂ ਨਹੀਂ ਚੋਰੀ ਕਰੀ ਕਿਤੇ। ਮੈਂ ਕਹਿ ਕੇ ਆਈ ਹਾਂ ਮਹਾ ਮੇਰੀ ਭੈਣ ਨੂੰ ਲੈ ਕੇ ਆਉਣੀ ਆ, ਕਹਿੰਦੀ ਲਿਆ, ਕਹਿੰਦੀ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਹੁਣੀ। ਹੁਣ ਚੱਲੀਏ ਘਰੇ ਘੁੱਟ ਚਾਹ ਦੀ? ਨਾ ਨਾ ਮੈਂ ਕੋਈ ਚਾਹ ਚੂ ਨਹੀਂ ਪੀਣੀ, ਤੂੰ ਪਹਿਲਾਂ ਚੱਲ ਕੇ ਆ, ਮੇਰੇ ਤਾਂ ਦਿਮਾਗ ਬੜਾ ਭੁੱਖਿਆ ਪਿਆ, ਤੇ ਬਾਰੇ ਇੰਨਾ ਪੁੱਠਾ ਸਿੱਧਾ ਬੋਲਦੀ ਆ, ਜੇ ਉਹਨੂੰ ਦੱਸ ਕੇ ਪਰਿਆ ਵੀ ਉਹਦੇ ਪੈਸੇ ਕਿੱਥੇ ਪਏ ਨੇ। ਹੁਣ ਮੈਂ ਨਾਲ ਜਾਏਂਗੀ ਕਿ ਇੱਥੇ ਰਹੇਂਗੀ ਤੂੰ? ਨਾ ਮੈਂ ਨਾਲ ਜਾਊਂਗੀ, ਮੈਂ ਤਾਂ ਉਹੀ ਨਹੀਂ ਸਹਿੰਦੀ ਹੈਗੀ, ਮੇਰੀ ਭੈਣ ਨੂੰ ਕੋਈ ਹੋਈ ਤਾਂ ਤੂੰ ਕਹਿ ਜੇ। ਚੱਲ ਇੱਕ ਲਾਈਟ ਨਹੀਂ ਸੀ, ਮੈਂ ਬਾਹਰ ਆ ਕੇ ਬਹਿ ਗਈ, ਉੱਤੋਂ ਇਹਨੇ ਤਪਾ ਤਾ। ਇੱਕ ਤਾਂ ਲਾਈਟ ਵਾਲਿਆਂ ਨੂੰ ਪਤਾ ਨਹੀਂ ਕੀ ਹੋ ਜਾਂਦਾ, ਰੋਜ਼ ਹੀ ਕੱਟ ਲਾ ਦਿੰਦੇ ਹੈਗੇ, ਉਧਰੋਂ ਇਨਵਰਟਰ ਨਹੀਂ ਚੱਲਦਾ, ਕਿੱਦਾਂ ਦੀ ਉਹਨੂੰ ਕਹੀ ਜਾਂਦੀ ਹੈ ਵੀ ਠੀਕ ਕਰਵਾ ਦੇ, ਸੁਣਦੀ ਨਹੀਂ ਹੈਗੇ ਗੱਲ ਨੂੰ। ਹੈ ਹੈ ਅੱਜ ਤਾਂ ਮੈਂ ਥੱਕ ਗਈ, ਸਾਰਾ ਕੰਮ ਮਸਾਂ ਕੀਤਾ। ਚੱਲ ਹੁਣ 10 ਮਿੰਟ ਰੈਸਟ ਕਰੂੰਗੀ ਬਹਿ ਕੇ ਇੱਥੇ। ਲੈ ਬਣੀ ਆ ਗਈ ਮੇਰੀ ਭੈਣ, ਕਰ ਲੈ ਗੱਲ ਜਿਹੜੀ ਕਰਨੀ ਹੈ ਤੈਂ। ਨਾ ਗੱਲ ਤਾਂ ਕੀ ਕਰਨੀ ਹੈ, ਤੇਰੀ ਭੈਣ ਨੂੰ ਪਤਾ ਹੀ ਹੈ ਜਿਹੜਾ ਇਹਨੇ ਰੰਗ ਦਿਖਾਇਆ ਨਾ, ਤੂੰ ਪੈਸੇ ਲੈ ਗਈਆਂ ਚੱਕ ਕੇ, ਤੈਨੂੰ ਸ਼ਰਮ ਨਹੀਂ ਆਈ ਹੈਗੀ? ਲੈ ਮੈਂ ਕਦੋਂ ਤੁਹਾਡੇ ਪੈਸੇ ਚੱਕਿਆ ਸੰਦੀਪ, ਤੂੰ ਤਾਂ ਉਹੀ ਮਾਰੀ ਜਾਂਦੀ ਆ। ਇਹ ਛੋਟੀ ਨੂੰ ਮੈਂ ਕਹਿਣ ਨੂੰ ਭੇਜਿਆ ਸੀ, ਮੈਂ ਚੱਲ ਅੱਜ ਮੈਂ ਕੰਮ ਤੇ ਆਉਂਦੀ ਨੀ, ਜਵਾਕੜੀ ਆ ਰਹੀ ਇਹਦੇ ਨਾਲ ਗੱਲਾਂ ਮਾਰੂੰਗੀ, ਪਰ ਇਹ ਕਹਿੰਦੀ ਭੈਣ ਕਹਿੰਦੀ ਸਾਡੇ ਪੈਸੇ ਚੱਕ ਕੇ ਲੈ ਗਈ, ਕਹਿੰਦੀ ਮੇਰੇ ਨਾਲ ਹੁਣੀ ਚੱਲ ਕਹਿੰਦੀ ਤੂੰ। ਗਗਨ ਮੇਰੀ ਗੱਲ ਸੁਣ ਲੈ, ਮੈਂ ਜਦੋਂ ਘਰੋਂ ਗਈ ਆ ਨਾ, ਮੈਂ ਤੈਨੂੰ ਪੈਸੇ ਸੰਭਾ ਕੇ ਗਈ ਸੀ, ਤੇ ਤੈਨੂੰ ਇਹ ਵੀ ਗੱਲ ਕਹਿ ਕੇ ਗਈ ਸੀ ਵੀ ਸਾਰੇ ਘਰ ਦੀ ਜ਼ਿੰਮੇਵਾਰੀ ਤੇਰੀ ਆ, ਵੀ ਮੈਂ ਡਿਪੂ ਤੇ ਜਾ ਕੇ ਆਉਣੀ, ਉੱਥੇ ਮੈਨੂੰ ਟਾਈਮ ਵੀ ਲੱਗ ਸਕਦਾ ਗਾ। ਜਦੋਂ ਮੈਂ ਆ ਕੇ ਦੇਖੇ ਪੈਸੇ ਹੈ ਨਹੀਂ ਸੀਗੇ, ਘਰੇ ਤਾਂ ਤੂੰ ਹੀ ਸੀਗੀ, ਪੈਸੇ ਤੂੰ ਹੀ ਲੈ ਕੇ ਗਈ ਆ ਚੱਕ ਕੇ, ਬਾਹਲੀ ਸਿਆਣੀ ਨਾ ਬਣਾ ਆਪਦੀ ਭੈਣ ਸਾਹਮਣੇ। ਦੱਸ ਦੇ ਇਹਨੂੰ ਇੰਨਾ ਕੁਛ ਸੁਣ ਲਿਆ ਤੇ, ਨਹੀਂ ਤਾਂ ਮੇਰੇ ਤਾਂ ਉਹੀ ਢਿੱਡ ਮੱਚ ਗਿਆ ਜਦੋਂ ਇਹਨੇ ਤੈਨੂੰ ਚੋਰਟੀ ਚੋਰਟੀ ਕਿਹਾ, ਲਿਆ ਕੇ ਦੇ ਦੇ ਜਿੱਥੇ ਧਰ ਕੇ ਆਈਆਂ ਪੈਸੇ। ਨਾਲੇ ਆ ਚੋਰਚਰੀ ਸਾਡੇ ਘਰੇ ਕੀ ਲੈਣ ਆਈ ਸੀਗੀ, ਬੋਲਦੀ ਸੀ ਅਵਾ ਤਵਾ, ਇਹਨੂੰ ਕੀ ਲੋੜ ਸੀਗੀ ਮੈਨੂੰ ਬੋਲਣ ਦੀ? ਇਹਦਾ ਤਾਂ ਪਹਿਲੀ ਗੱਲ ਹੱਕ ਹੀ ਨਹੀਂ ਬਣਦਾ ਹੈਗਾ, ਕੰਮ ਸਾਡੇ ਘਰੇ ਤੂੰ ਕਰਦੀ ਹੈ, ਤੈਨੂੰ ਮੈਂ ਕਹਿ ਸਕਦੀ ਹਾਂ ਨਾ, ਇਹ ਕੌਣ ਹੁੰਦੀ ਆ ਕਿ ਮੇਰੇ ਤੇ ਰੋਹ ਮਾਰਨਾ? ਤੂੰ ਮੇਰੀ ਭੈਣ ਨੂੰ ਪੁੱਠਾ ਸਿੱਧਾ ਬੋਲਣਾ, ਮੈਂ ਤਾਂ ਬੋਲਣਾ ਹੀ ਹਾਂ, ਮੈਂ ਕਿਉਂ ਸੁਣਾ ਮੇਰੀ ਭੈਣ ਬਾਰੇ? ਹੈ ਤੇਰੀ ਭੈਣ ਸਾਡੇ ਘਰੇ ਕੰਮ ਕਰਦੀ ਹੈ, ਜੇ ਕੋਈ ਗਲਤ ਕਰੂਗੀ ਤਾਂ ਅਸੀਂ ਇਹਨੂੰ ਕਹਾਂਗੇ, ਹੋਰ ਕਿਤੇ ਹਾਰ ਪਾਵਾਂਗੇ। ਨਹੀਂ ਜੇ ਕੁਛ ਗਲਤ ਕਰਿਆ ਹੋਊਗਾ ਫੇਰ ਹੀ ਬੋਲੇਂਗੀ, ਹਰੇ ਤੇ ਝੂਠੀ ਲੋਸ਼ਨ ਕਿਵੇਂ ਲਾ ਸਕਦੀ ਹੈ? ਝੂਠਾ ਦੂਸ਼ਣ ਨਹੀਂ ਹੈਗਾ ਗਾ, ਜੇ ਸੱਚੀ ਹੁੰਦੀ ਨਾ ਲਿਆ ਕੇ ਮੇਰੀ ਤਲੀ ਤੇ ਧਰਦੇ ਪੈਸੇ, ਪੁੱਛੇ ਨੂੰ ਕਿਉਂ ਸੁਣੀ ਜਾਂਦੀ ਆ ਭੈਣ ਮੇਰੀ, ਲਿਆ ਕੇ ਦੇ ਪਰ ਇਹਦੇ ਪੈਸੇ ਮੱਥੇ ਮਾਰ ਦੇ। ਪੈਸੇ ਮੈਂ ਲਿਆ ਦਿੰਦੀ ਆ ਭੈਣੇ, ਤੂੰ ਮੈਨੂੰ ਫੜਾ ਕੇ ਨਹੀਂ ਗਈ ਸੀ ਪੈਸੇ, ਜੇ ਤੂੰ ਡਿਪੂ 'ਚ ਗਈ ਸੀ ਨਾ ਪੈਸੇ ਉੱਥੇ ਤਖ਼ਤ ਪੋਸਟ ਤੇ ਰੱਖ ਗਈ ਸੀ, ਮੈਂ ਚੱਕ ਕੇ ਢੋਲੀ ਥੱਲੇ ਰੱਖ ਗਈ ਪੈਸੇ। ਤੇ ਫਿਰ ਉਹੀ ਤਾਂ ਗੱਲ ਮੈਂ ਕਹਿਣੀ ਹੈ ਗਗਨ, ਜਦੋਂ ਤੇਰੀ ਜ਼ਿੰਮੇਵਾਰੀ ਸੀ, ਤੂੰ ਆ ਕੇ ਜਦੋਂ ਮੈਂ ਦੂਸਰੇ ਦਿਨ ਆਈ ਹੈਗੀ, ਤੂੰ ਘਰੇ ਸੀਗੀ, ਤੂੰ ਮੈਨੂੰ ਉਦੋਂ ਫੜਾ ਵੀ ਸਕਦੀ ਸੀ, ਤੂੰ ਦੂਸਰੇ ਦਿਨ ਕੰਮ ਕਰਨ ਆਈ ਨਹੀਂ ਹੈਗੀ ਵੀ ਭੈਣੇ ਤੂੰ ਪੈਸੇ ਰੱਖ ਕੇ ਭੁੱਲ ਗਈ ਸੀ, ਵੀ ਆਹ ਲੈ ਸਾਂਭ ਲੈ, ਤੇਰਾ ਆਪਦਾ ਹੀ ਹੱਕ ਬਣਦਾ ਸੀਗਾ। ਭੈਣੇ ਮੇਰੇ ਤਾਂ ਨਾ ਦਿਮਾਗ 'ਚੋਂ ਨਿਕਲ ਗਈ, ਮੈਂ ਤਾਂ ਕੰਮ ਕਰਕੇ ਫੇਰ ਮੁੜ ਗਈ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਹੈਗਾ, ਨਾ ਮੇਰੇ ਦਿਮਾਗ 'ਚ ਨਾ ਤੂੰ ਮੈਨੂੰ ਪੁੱਛਿਆ ਹੈਗਾ, ਤੂੰ ਵੀ ਅੱਜ ਗੌਰ ਕੀਤੀ ਆ, ਤੇ ਮੈਨੂੰ ਤਾਂ ਗੌਰ ਫੇਰ ਆਈ ਜਦੋਂ ਮੈਨੂੰ ਕੋਮਲ ਨੇ ਜਾ ਕੇ ਦੱਸਿਆ, ਕਹਿੰਦੀ ਉਹਨਾਂ ਦੇ ਪੈਸੇ ਘੁਮਾ ਚ ਗਏ। ਹਾਂ ਤੁਹਾਡਾ 6000 ਰੁਪਇਆ ਸੀ, ਮੈਂ ਪੀਪੀ ਥੱਲੇ ਜਾ ਕੇ ਧਰ ਗਈ ਸੀ, ਮੈਂ ਤੈਨੂੰ ਹੁਣੀ ਲਿਆ ਦਿੰਦੀ ਹਾਂ ਰਸੋਈ 'ਚ। ਲੈ ਸੁਣ ਲੈ, ਮੈਨੂੰ ਲੋੜ ਸੀਗੀ ਪੈਸੇ, ਉਹਨੇ ਸਾਂਭ ਕੇ ਰੱਖ
ਕਰਗੀ ਤਾਂ ਹੀ ਤੁਰ ਰੱਖ ਕੇ ਤੁਰ ਜਾਂਦੀ ਹੈਗੀ। ਕੋਈ ਨਾ, ਸਾਡੇ ਘਰੇ ਤਾਂ ਕੋਈ ਕੋਈ ਚੀਜ਼ ਚੱਕੀ ਨਹੀਂ ਗਈ ਹੈਗੀ, ਜਿੱਦਾਂ ਦੀ ਤੇਰੀ ਭੈਣ ਲੱਗੀ ਹੈ ਨਾ ਸਾਡੇ ਪੈਸੇ ਚੱਕੇ ਗਏ ਆ। ਮੈਨੂੰ ਤਾਂ ਸਾਰੀ ਉਮਰ ਹੋ ਗਈ, ਮੈਂ ਤਾਂ ਕਦੇ ਕਮਰੇ ਨੂੰ ਜਿੰਦਾ ਵੀ ਨਹੀਂ ਲਾ ਕੇ ਗਈ, ਆਈ ਛੱਡ ਜਾਂਦੀ ਹੈਗੀ। ਨਹੀਂ ਲਾ ਕੇ ਜਾਂਦੀ ਫਿਰ ਲਾ ਕੇ ਜਾਇਆ ਕਰ, ਐਂ ਤਾਂ ਫਿਰ ਕੱਲ ਨੂੰ ਤੇਰੇ ਕੋਈ ਟੂ ਛੱਲਾ ਚੱਕਿਆ ਜਾਊਗਾ, ਤੂੰ ਤਾਂ ਫਿਰ ਮੇਰੀ ਭੈਣ ਨੂੰ ਕਹਿ ਦੇਂਗੀ। ਤੇ ਤੇਰੀ ਭੈਣ ਕੰਮ ਕਰਦੀ ਹੈ, ਤੇਰੀ ਭੈਣ ਨੂੰ ਕੋਈ ਹੋਰ ਜਾ ਕੇ ਗਵਾਂਢੀਆਂ ਨੂੰ ਥੋੜ੍ਹੀ ਕਹੂੰਗੀ ਆਪਦੀ ਭੈਣ ਨੂੰ ਸਮਝਾਇਆ ਕਰ, ਨਾ ਲੋਕਾਂ ਦੇ ਘਰਾਂ 'ਚ ਚੋਰੀਆਂ ਕਰਿਆ ਕਰੇ। ਮੈਂ ਤਾਂ ਉਹਦੇ ਗਰੀਬ ਸੀ, ਤਰਸ ਕਰਕੇ ਉਹਦੇ ਚੋਰੀ ਨਹੀਂ ਕਰਦੀ, ਵਕਤ ਦੀ ਮਾਰੀ ਪਈ ਹੈ। ਉਹਦਾ ਕਿਹੜਾ ਜੀ ਕਰਦਾ ਲੋਕਾਂ ਦੇ ਘਰ 'ਚ ਝਾੜੂ ਪੋਚਾ ਕਰਨ ਦਾ? ਜੇ ਵਕਤ ਦੀ ਮਾਰੀ ਪਈ ਹੈ, ਉਹਦੇ ਤਾਂ ਪੈਸੇ ਹੈ ਨਹੀਂ ਗੇ ਨਾ। ਹੁਣ ਬੋਲ ਨਹੀਂ, ਹੁਣ ਕਿੱਧਰ ਗਏ ਪੈਸੇ ਖਰਚਾ? ਇੱਕ ਮਿੰਟ ਪੁੱਛਦੀ ਆ, ਹੁਣ ਬੋਲ। ਉਹ ਤਾਂ ਬਾਲਾ ਰੋਬ ਜਿਹਾ ਜਮਾਉਂਦੀ ਸੀ, ਮੈਂ ਤਾਂ ਸੱਚੀ ਆ, ਮੈਨੂੰ ਸੌਣ ਲੱਗੇ, ਮੈਂ ਤਾਂ ਸੱਚੀ ਆ ਗਈ, ਮੈਂ ਜਮਾ ਝੂਠ ਨਹੀਂ ਬੋਲਦੀ। ਨਹੀਂ, ਮੈਨੂੰ ਪਤਾ ਹੈ ਮੇਰੀ ਭੈਣ ਦਾ, ਠੀਕ ਹੈ, ਇਹ ਚੋਰੀ ਨਹੀਂ ਕਰ ਸਕਦੀ, ਇਹ ਤਾਂ ਵਿਚਾਰੀ ਪਹਿਲੀ ਭਗਤਣੀ ਹੈ। ਫਿਰ ਪੈਸੇ ਸਾਡਾ ਘਰ ਤਾਂ ਨਹੀਂ ਖਾ ਗਿਆ? ਹੋਰ ਤਾਂ ਕੋਈ ਸਾਡੇ ਘਰੇ ਆਉਂਦਾ ਵੀ ਨਹੀਂ, ਕੰਮ ਤੇ ਇਸੇ ਨੂੰ ਰੱਖਿਆ ਹੋਇਆਗਾ। ਕਿਤੇ ਇੱਧਰ ਉੱਧਰ ਧਰ ਕੇ ਭੁੱਲ ਗਈ ਹੋਏਗੀ? ਮੇਰਾ ਦਿਮਾਗ ਇੰਨਾ ਪਾਗਲ ਨਹੀਂ ਹੈਗਾ, ਇਹਨੂੰ ਵੀ ਪਤਾ ਹੀ ਆ ਮੈਂ ਕਿੰਨੀਆਂ ਵੀ ਚੀਜ਼ਾਂ ਭੁੱਲਦੀ ਹਾਂ। ਮੈਂ ਗਗਨ ਕਿਸ਼ਤ ਭਰਨੀ ਸੀ, ਮੈਂ ਸਾਰੇ ਘਰ 'ਚ ਪੈਸੇ ਭਾਲ ਭਾਲ ਥੱਕ ਗਈ, ਉੱਤੋਂ ਤੂੰ ਫੋਨ ਨਹੀਂ ਚੱਕਦੀ ਹੈਗੀ, ਫੋਨ ਚੱਕ ਕੇ ਦੱਸ ਵੀ ਸਕਦੀ ਸੀਗੀ। ਫੋਨ ਤਾਂ ਮੇਰਾ ਟੁੱਟਿਆ ਪਿਆ ਭੈਣੇ, ਉਹ ਨਾ ਹੀ ਟੱਚ ਹੁੰਦਾ ਗਾ, ਹੈਂਗ ਜਿਹਾ ਹੋਇਆ ਪਿਆ ਗਾ, ਮੈਂ ਫੋਨ ਕਿਵੇਂ ਚੱਕਦੀ, ਤੇ ਨਾ ਹੀ ਮੈਥੋਂ ਲੱਗਿਆ ਗਾ ਫੋਨ। ਆਹੋ, ਹੁਣ ਤਾਂ ਤੇਰੇ ਵਰਗੀਆਂ ਸੌ ਸੌ ਬਹਾਨੇ ਲਾਉਂਦਾ ਹੁੰਦਾ ਸਾਰਾ ਦਿਨ, ਕੀ 3000 ਪਿੱਛੇ ਤੇ ਉਹਦੇ ਮਗਰ ਫਿਰਦੀਆਂ ਹੈ? ਤੂੰ ਕਿਸੇ ਹੋਰ ਦੇ ਲੱਗ ਜਾ। ਤਿੰਨ ਨਹੀਂ ਸੀ ਕੋਮਲ, 6000 ਰੁਪਇਆ ਸੀ। ਨਹੀਂ, ਤੇਰਾ ਮਹੀਨੇ ਦਾ 3000 ਦਿੰਦੀ ਇਹ। ਹਾਂ, ਤੂੰ ਕਿਸੇ ਹੋਰ ਦੇ ਲੱਗ ਗਈ ਆਪਣਾ। ਨਾਲੇ ਤੂੰ ਮੇਰੀ ਗੱਲ ਸੁਣ ਲਾ, ਆ ਚੁਰਚਰੀ ਜੀ ਨੂੰ ਸਮਝਾ ਲਾ, ਤੇਰੀ ਭੈਣ ਆ ਕੇ ਉਲਟਾ ਸਾਡੇ ਘਰੇ ਹਵਾ ਕਰਦੀ ਹੈ। ਪਹਿਲੀ ਗੱਲ ਤਾਂ ਇਹਦਾ ਹੱਕ ਨਹੀਂ ਹੈਗਾ ਮੈਨੂੰ ਵੱਧ ਘੱਟ ਗੱਲ ਕਰਨ ਦਾ, ਭੈਣ ਹੋਊਗੀ ਤੇਰੀ ਹੋਊਗੀ, ਮੇਰੀ ਟੱਕੀ ਨਹੀਂ ਲੱਗਦੀ ਇਹ। ਭੈਣੇ ਜਵਾਕੜੀ, ਮੈਂ ਤੇਰੀ ਟੱਕੀ ਲੱਗਣਾ ਵੀ ਨਹੀਂ ਹੈਗਾ, ਤੂੰ ਮੇਰੀ ਭੈਣ ਨੂੰ ਪੁੱਤਰ ਸਿੱਧਾ ਬੋਲ ਰਹੀ ਹੈ। ਐਡੀ ਗਿੱਠ ਦੀ ਜਵਾਨ ਲਈ ਆਪਦੀ ਛੋਟੀ ਭੈਣ ਨੂੰ? ਭੈਣੇ ਇਹ ਨਿਆਣੀ, ਇਹਨੂੰ ਦੁਨੀਆਦਾਰੀ ਦਾ ਨਹੀਂ ਪਤਾ, ਕਿੱਡੀ ਕੁ ਚਾਹੀ ਦੀ ਉਮਰ ਆ ਹੈ ਹਜੇ। ਇਹਨੂੰ ਤਾਂ ਆਏ ਵੀ ਮੇਰੀ ਭੈਣ ਨੂੰ ਗਲਤ ਬੋਲਦੇ, ਵੀ ਬਸ ਮੈਂ ਬੋਲ ਪਾ ਕਹਿੰਦੇ ਹੁੰਦੇ, ਜੇ ਕੋਈ ਆਪਦੇ ਨੂੰ ਬੋਲੂ ਇਹ ਤਾਂ ਬੋਲਦੀ ਹੈਗੀ। ਗਗਨ ਮੇਰੀ ਗੱਲ ਸੁਣ, ਮੈਂ ਐਡੀ ਪਾਗਲ ਤਾਂ ਹੈ ਨਹੀਂ ਵੀ ਤੇਰੇ ਤੇ ਬਿਨਾ ਗੱਲ ਤੋਂ ਇਲਜ਼ਾਮ ਲਊ। ਪੈਸਿਆਂ ਦਾ ਤਾਂ ਤੈਨੂੰ ਵੀ ਪਤਾ, ਦੇਖ ਤੂੰ ਕਹਿੰਦੀ ਮੈਂ ਰੱਖੇ ਵੀ ਆਪਦੇ ਹੱਥ ਨਾਲ, ਫਿਰ ਘਰ ਤਾਂ ਸਾਡਾ ਖਾ ਨਹੀਂ ਗਿਆ, ਤੇ ਹੋਰ ਬੰਦਾ ਆਉਂਦਾ ਵੀ ਨਹੀਂ ਘਰੇ। ਪੈਸੇ ਤਾਂ ਤੇਰੇ ਕੋਲ ਹੀ ਆ, ਮਨ ਚਾਹੇ ਨਾ ਮਨ, ਮੈਨੂੰ ਸਭ ਪਤਾ। ਮੈਨੂੰ ਨਾ ਕਿਰਨਾਂ ਨੇ ਪਹਿਲਾਂ ਇਹ ਗੱਲ ਕਹਿਤੀ ਸੀਗੀ ਵੀ ਤੂੰ ਚੀਜ਼ ਨਾ ਆਪਦੀ ਐਵੇਂ ਨਾ ਧਰਿਆ ਕਰ, ਪੈਸਾ ਟਕਾ ਸਾਰਾ ਕੁਛ ਨਾ ਸਾਂਭ ਕੇ ਰੱਖੀ, ਵੀ ਇਹਨਾਂ ਦਾ ਪਤਾ ਨਹੀਂ ਹੁੰਦਾ ਕੰਮ। ਮੇਰੀ ਗੱਲ ਸੁਣ, ਤੇਰੇ ਕੋਲ ਸਬੂਤ ਕੀ ਹੈ ਵੀ ਮੇਰੀ ਭੈਣ ਨੇ ਚੱਕੇ ਨੇ ਪੈਸੇ? ਨਹੀਂ ਤੂੰ ਚੁੱਪ ਕਰ ਜਾ, ਤੇਰੇ ਕੋਲ ਸਬੂਤ ਮੈਂ ਤੈਨੂੰ ਹੁਣੇ ਦੇ ਦੂੰ। ਮੈਂ ਤੇਰੀ ਭੈਣ ਨਾਲ ਗੱਲ ਕਰ ਰਹੀ ਹਾਂ, ਤੂੰ ਵਿੱਚ ਬਾਤ ਦਾ ਘੱਟ ਨਾ ਬੋਲ, ਮੈਥੋਂ ਨਹੀਂ ਸੁਣਿਆ ਜਾਂਦਾ ਤੇਰੇ ਬਾਰੇ। ਚੱਲ ਭੈਣ ਮੇਰੀ, ਮੈਂ ਤਾਂ ਜਾਂਦੀ ਹਾਂ ਘਰੇ, ਤੂੰ ਸੁਣ ਕੇ ਆ ਜੇ, ਮੇਰੇ ਤੋਂ ਨਹੀਂ ਸੁਣਿਆ ਜਾਂਦਾ, ਨਾਲੇ ਮੈਂ ਕੀ ਮੂੰਹ ਦਿਖਾਉਂਗੀ ਉੱਥੇ ਜਾ ਕੇ ਮੰਮੀ ਨਾਲ? ਜੇ ਤੁਸੀਂ ਇੰਨੀਆਂ ਹੀ ਸੱਚੀਆਂ ਤਾਂ ਫਿਰ ਪੈਸੇ ਲਿਆ ਕੇ ਦਿਓ ਸਾਨੂੰ, ਦਿੰਦਿਆਂ ਕਾਹਤੋਂ ਨਹੀਂ ਹੈਗੀ? ਜਦੋਂ ਚੱਕੇ ਨਹੀਂ ਸੀ ਤੈਨੂੰ ਕਿੱਥੋਂ ਦੇ ਦਈਏ ਪੈਸੇ? ਸਾਡਾ ਘਰ ਥੋੜੀ ਖਾ ਗਿਆ, ਜਾਂ ਆਂਢੀ ਗਵਾਂਢੀ ਥੋੜੀ ਲੈ ਗਏ ਚੱਕ ਕੇ, ਜਦੋਂ ਤੇਰੀ ਭੈਣ ਸੀ ਘਰੇ? ਕੋਈ ਲੈ ਜਾਊਗਾ ਤੁਹਾਡੇ ਕੋਈ ਆਸ ਗੁਆਂਢ ਤੋਂ, ਕੋਈ ਜਵਾਕ ਆਇਆ ਹੋਣਾ ਘਰੇ ਖੇਡਣ ਵਾਸਤੇ? ਇਹਨੂੰ ਪੁੱਛ ਤੇਰੀ ਭੈਣ ਨੂੰ ਵੀ ਇਹਦੇ ਹੁੰਦੇ ਆਇਆ ਸੀ? ਹੱਥ ਜੇ ਨਾ ਮਾਰ, ਮੇਰਾ ਗੱਲ ਸੁਣ, ਸਿੱਧੀ ਲੱਗੇ ਮਾਰਨ ਵਾਲੇ ਹੋਰ ਅੱਗੇ ਕੱਚ ਰਹੇ। ਹਾਂ, ਆ ਕੱਚ ਤਾਂ ਤੇਰੀ ਭੈਣ ਨੇ ਤੇ ਤੂੰ ਰਹਿਣਾ ਸੀ, ਆ ਕੇ ਉਲਟਾ ਹਜੇ ਰੋਜ਼ ਜਮਾਉਂਦੀਆਂ ਆਈਆਂ। ਨਾ ਗੱਲ ਸੁਣ ਲੈ, ਸਾਡੇ ਪਿਓ ਦੇ ਘਰੇ ਬਹੁਤ ਕੁਝ ਹੈ, ਇਹਦਾ ਇੱਥੇ ਪਾਸੇ ਤੇ ਗਰੀਬੀ ਕਰਕੇ ਥੋੜਾ ਇਹਦਾ ਉਹ ਹੋ ਗਿਆ। ਜੇ ਪਿਓ ਦੇ ਘਰੇ ਬਹੁਤ ਕੁਝ ਸੀ ਫਿਰ ਇੱਥੇ ਕੀ ਅੰਬ ਲੈਣ ਆਉਂਦੀ ਸੀ? ਮੈਨੂੰ ਕੰਮ ਤੇ ਰੱਖ ਲਓ, ਕੰਮ ਤੇ ਰੱਖ ਲਓ। ਨਹੀਂ ਬਸ ਕਰ, ਉਹਨੂੰ ਐ ਵੀ ਚੱਲ ਮੈਂ ਆਪਦਾ ਘਰ ਵਸਾ ਲਾਂ, ਤੁਹਾਡੇ ਵਰਗੀਆਂ ਨਹੀਂ ਹੈਗੀਆਂ। ਤੁਹਾਡੇ ਵਰਗੀਆਂ ਨਹੀਂ ਹੈਗੀਆਂ, ਚੱਲ ਕੋਈ ਨਾ, ਚੱਲ ਤੁਹਾਡੇ ਵਰਗੀਆਂ ਲੋਕਾਂ ਦੇ ਘਰਾਂ ਤੋਂ ਤਾਂ ਆਪਦੀ ਬੇਇੱਜ਼ਤੀ ਕਰਾ ਲੈਂਦੀ ਹੋਈਆਂ, ਜਦੋਂ ਪੈਸੇ ਚੋਰੀ ਕਰਕੇ ਲੈ ਜਾਂਦੀਆਂ ਸਾਰਾ ਕੁਝ। ਨਹੀਂ, ਮੈਂ ਸੱਚੀ ਤੁਹਾਡੇ ਪੈਸੇ ਨਹੀਂ ਚੱਕੇਗੀ। ਬਸ ਗਗਨ, ਮੈਨੂੰ ਤਾਂ ਤੇਰੀ ਲੋੜ ਨਹੀਂ ਹੈਗੀ, ਮੈਨੂੰ ਨਾ ਪੈਸਿਆਂ ਦੀ ਲੋੜ ਆ। ਜਿਹੜਾ ਕੰਮ ਕਰਨਾ ਸੀ ਉਹ ਤਾਂ ਤੂੰ ਕਰਤਾ, ਅੱਜ ਤੋਂ ਬਾਅਦ ਸਾਡੇ ਘਰੇ ਪੈਰ ਨਾ ਪਾਈ ਹੈ, ਨਾ ਮੇਰੀ ਦੇੜੀ ਚੜੀ, ਮੈਂ ਤੇਰੇ ਨਾਲ ਨਹੀਂ ਵਰਤਣਾ ਹੈਗਾ। ਜੇ ਤੇਰੇ ਤੇ ਤਰਸ ਕਰ ਲਿਆ, ਤੂੰ ਮੈਨੂੰ ਆ ਕੇ ਰੰਗ ਦਿਖਾਇਆ ਗਾ, ਉਲਟਾ ਪੈਸੇ ਲੈ ਕੇ ਚੱਕ ਕੇ, ਕੱਲ ਨੂੰ ਤੂੰ ਕੋਈ ਹੋਰ ਚੀਜ਼ ਵੀ ਲੈ ਜਾਏਗੀ। ਮੈਂ ਕੁਛ ਨਹੀਂ ਚੱਕਦੀ ਸੰਦੀਪ, ਪਰ ਮੈਂ ਇਹ ਕਹਿੰਦੀ ਹਾਂ ਮੇਰੇ ਤੇ ਇੱਡੀ ਇਲਜ਼ਾਮ ਨਾ ਲਾ ਵੀ ਮੈਂ ਚੋਰਨੀ ਆ, ਠੀਕ ਹੈ ਨਾ? ਚੋਰ
ਚੋਰੀ ਕਰਕੇ ਮੈਂ ਆਂਢ ਗੁਆਂਢ ਨੂੰ ਕਿਸੇ ਨੂੰ ਹੋਰ ਕੀ ਮੂੰਹ ਦਿਖਾਉਂ, ਮੈਂ ਤਾਂ ਸਾਰੇ ਪਿੰਡ 'ਚ ਕੰਮ ਕਰਦੀ ਹਾਂ, ਕੱਲ ਨੂੰ ਅਗਲਾ ਤੇਰੇ ਮੂੰਹ ਸੁਣੂਗਾ ਨਾ ਮੈਨੂੰ ਕਿਸੇ ਨੇ ਕੰਮ ਤੇ ਨਹੀਂ ਬੁਲਾਉਣਾ, ਸਾਡਾ ਸਾਰਾ ਟੱਬਰ ਭੁੱਖਾ ਮਰ ਜੂਗਾ। ਤੇ ਫਿਰ ਇਹ ਗੱਲ ਤੂੰ ਉਦੋਂ ਸੋਚਣੀ ਸੀ ਜਦੋਂ ਤੂੰ ਮੇਰੇ ਪੈਸੇ ਚੱਕ ਕੇ ਲੈ ਕੇ ਗਈ ਹੈਗੀ। ਹਾਏ ਮੈਂ ਮਰ ਜਾਂ, ਚੱਕੇ ਨਹੀਂ ਹੈਗੇ, ਮੈਂ ਗਿਣ ਕੇ ਨਾ 6000 ਰੁਪਏ ਉੱਥੇ ਰੱਖ ਗਈ, ਦੇਖ ਤੂੰ ਭੁੱਲ ਗਈ ਹੋਏਗੀ ਉੱਥੇ, ਮੁੜ ਕੇ ਤੂੰ ਵੀ ਤਖਤ ਪੋਸਤੇ ਰੱਖ ਗਈ, ਤੂੰ ਵੀ ਨਹੀਂ ਸਾਂਭ ਕੇ ਗਈ, ਮੈਂ ਕਿਹਾ ਕੋਈ ਚੱਕ ਕੇ ਨਾ ਲੈ ਗਏ, ਮੈਂ ਤਾਂ ਜਿਹੜੀ ਗੱਲ ਕਹਿ ਕੇ ਗਈ ਸੀ ਉਹੀ ਮੇਰੇ ਮੂਹਰੇ ਆ ਗਈ। ਮੇਰੀ ਗੱਲ ਸੁਣ, ਮੇਰਾ 6000 ਰੁਪਇਆ 3000 ਰੁਪਏ ਬਣਿਆ ਪੈਣਾ ਤੁਹਾਡੇ ਕੰਨੀ, ਤੁਹਾਡਾ 6 ਆ ਹਨਾ, 3 ਤਾਂ ਤੂੰ ਇਹ ਕੱਟ ਲਾ ਤੇ 3 ਤੇਰਾ ਔਖੀ ਸੌਖੀ ਤੇਰੇ ਬਾਈ ਨੂੰ ਦਿਹਾੜੀਆਂ ਲਾ ਜਾਂਦੇ, ਮੈਂ ਤੇਰਾ 5-500 ਕਰਕੇ ਮੋੜ ਦੂੰਗੀ। ਬਸ ਮੇਰੇ ਤਾਂ ਆਹ ਮੰਨੇ ਤੇਰੇ ਮੂਹਰੇ ਹੱਥ, ਮੈਨੂੰ ਤੇਰੇ ਪੈਸਿਆਂ ਦੀ ਲੋੜ ਨਹੀਂ ਹੈਗੀ, ਆਖੇ ਚੱਕੇ ਨਹੀਂ ਹੈਗੇ, ਚੱਕੇ ਨਹੀਂ ਹੈਗੇ, ਹੋਰ ਸਾਡਾ ਘਰ ਖਾ ਗਿਆ, ਦੋਨਾਂ ਭੈਣਾਂ ਨੇ ਇੱਕੀ ਗੱਲ ਫੜ ਰੱਖੀ ਆ ਕਿ ਆਂਢੀ ਗੁਆਂਢੀ ਤੇਰੇ ਸਾਹਮਣੇ ਆ ਕੇ ਚੱਕ ਕੇ ਲੈ ਗਿਆ ਸੀਗਾ। ਮੈਂ ਤੈਨੂੰ ਕਹੀ ਤਾਂ ਜਾਂਦੀ ਹਾਂ ਵੀ ਮੈਂ ਤੇਰੇ ਬਾਈ ਦਿਹਾੜੀਆਂ ਲਾਊਗਾ, 5-500 ਕਰਕੇ ਮੋੜ ਦੂੰ, 3000 ਮੇਰਾ ਉਹ ਬਣਦਾ, ਮਹੀਨੇ ਦਾ ਉਹ ਨਾ ਦੇ ਤੂੰ। ਬਸ ਭੈਣੇ ਮੈਨੂੰ ਤਾਂ 3000 ਦੀ ਵੀ ਨਹੀਂ ਲੋੜ, ਮੇਰੇ ਤਾਂ ਪੈਸੇ ਗਏ, ਮੈਂ ਤਾਂ ਇਹ ਸਮਝ ਲੂੰ ਵੀ ਮੈਂ ਨਾ ਪੁੰਨ ਦਾਨ ਕਰਤੇ, ਮੈਂ ਤਾਂ ਐਂ ਸੋਚ ਕੇ ਸਬਰ ਦਾ ਘੁੱਟ ਭਰ ਲੂੰ, ਪਰ ਅੱਜ ਤੋਂ ਬਾਅਦ ਮੇਰੇ ਘਰੇ ਨਹੀਂ, ਮੈਂ ਤਾਂ ਕਿਸੇ ਹੋਰ ਨੂੰ ਕੰਮ ਤੇ ਰੱਖ ਲੂੰ, ਤੇਰੀ ਮੈਨੂੰ ਲੋੜ ਨਹੀਂ ਹੈਗੀ। ਠੀਕ ਆ ਭੈਣੇ, ਨਹੀਂ ਆਉਂਦੀ, ਦਿਮਾਗ ਖਰਾਬ ਕਰ ਰੱਖਿਆ ਗਾ ਦੋਨਾਂ ਭੈਣਾਂ ਨੇ, ਉਧਰੋਂ ਉਹਦੇ ਆਪਦੀ ਛੋਟੀ ਭੈਣ ਦੇ, ਅਸੀਂ ਮੇਰੀ ਭੈਣ ਦਾ ਸਿਆਣੀ ਵਾਲੀ ਗੱਠ ਦੀ ਉਹਦੇ ਲੁੱਟ ਰੋ ਲਾ ਰੱਖੀ ਹੈ। ਸੰਦੀਪ ਹਾਂ ਚਾਚੀ, ਥੋੜ੍ਹੇ ਥੋੜ੍ਹੇ ਇੱਥੇ ਫਿਰਦੇ ਆ ਬੱਲਾਂ ਜੀਆਂ 'ਚ। ਓਹੋ, ਮੈਂ ਤਾਂ ਕੱਦੂ ਭਾਲਦੀ ਸੀਗੀ, ਕੋਈ ਆਇਆ ਨਹੀਂ ਕੱਦੂ ਦੇਖਣ, ਮੈਂ ਆਈ ਸੀ। ਨਹੀਂ ਚਾਚੀ, ਕਿਹੜੇ ਕੱਦੂ, ਕਹਿੰਦੇ ਹੁੰਦੇ ਆ ਜਦੋਂ ਚੋਰਾਂ ਦੇ ਘਰੇ ਮੋਰ, ਗਗਨ ਨੇ ਨੂੰ ਕੰਮ ਤੇ ਨਹੀਂ ਲਾਇਆ ਸੀ ਮੈਂ। ਹਾਂ ਹਾਂ, ਮਾੜੀ ਗੱਲ, ਪਰ ਇੱਕ ਗੱਲ ਤਾਂ ਹੈ ਸੰਦੀਪ, ਪਰ ਉਹਨੇ ਇਹ ਜੀ ਨਹੀਂ ਮੰਨੀ ਤਾਂ ਨਹੀਂ ਅੱਜ ਤੱਕ ਕਿਸੇ ਨਾਲ ਕੀਤੀ, ਸਾਡੇ ਵੀ ਦੇਖ ਮੇਰੇ ਮੁੰਡੇ ਦਾ ਵਿਆਹ ਸੀ, ਸਾਰਾ ਕੰਮ ਅਸੀਂ ਉਹ ਤੋਂ ਕਰਾਇਆ ਸੀਗਾ, ਪਰ ਮੇਰੀ ਤਾਂ ਨਾ ਚਮਚਾ ਵੀ ਨਹੀਂ ਹੱਲਿਆ ਇੱਕ। ਚਾਚੀ, ਬੰਦੇ ਦੇ ਮਨ ਬਦਲਦੇ ਦਾ ਨਾ ਪਤਾ ਨਹੀਂ ਲੱਗਦਾ ਹੁੰਦਾ, ਕਦੋਂ ਕਿਹੜੇ ਵੇਲੇ ਕਿਵੇਂ ਬਦਲਦੇ, ਪੈਸੇ ਨੂੰ ਦੇਖ ਕੇ ਅੱਜ ਕੱਲ੍ਹ ਦੇਖ ਲਾ ਤੈਨੂੰ ਲੋਕ ਕੀ ਕੁਛ ਕਰੀ ਜਾਂਦੇ ਆ, ਅਤੇ ਨਾਲੇ ਉਹ ਤਾਂ ਫਿਰ ਵੀ ਕਿੰਨੀ ਗਰੀਬਣੀ ਸੀਗੀ, ਕੀ ਪਤਾ ਉਹਨੇ ਪੈਸਿਆਂ ਦਾ ਕੀ ਕੀਤਾ ਹੋਣਾ। ਮੈਂ ਤਾਂ ਤੈਨੂੰ ਦੱਸਦੀ, ਉਦੋਂ ਬਾਅਦ ਡਿਪੂ 'ਤੇ ਆਪਣੇ ਪਿੰਡ ਡਿਪੂ ਆਉਂਦਾ ਹੁੰਦਾ ਨਾ, ਉਹ ਸੁੱਖੀ ਮੈਨੂੰ ਲਾਈ ਗਈ ਫੋਨ 'ਤੇ ਫੋਨ, ਕਹਿੰਦੀ ਆ ਜਾ ਸੂਟ ਲੈ ਕੇ ਆਈਏ, ਮੈਂ ਪੈਸੇ ਕਿਤੇ ਕਾਹਲੇ ਕਾਹਲੇ 'ਚ ਆਈ ਕਰਕੇ ਭੁੱਲ ਗਈ ਕਿਤੇ, ਜਦੋਂ ਮੈਂ ਆ ਕੇ ਦੇਖਿਆ ਪੈਸੇ ਘਰੇ ਨਾ, ਫਿਰ ਮੈਂ ਫੋਨ 'ਤੇ ਫੋਨ ਲਾਏ ਨਾ ਫੋਨ ਚੱਕਿਆ। ਇਹ ਤਾਂ ਖਰਾ ਉਹਦੇ ਵਾਸਤੇ ਭਾਈ ਚੰਗੀ ਗੱਲ ਨਹੀਂ, ਕਹਿੰਦੇ ਹੁੰਦੇ ਬਦਨਾਮੀ ਤਾਂ ਬੰਦਾ ਤੁਰਿਆ ਜਾਂਦਾ ਕੱਟ ਲੈ, ਇੱਜ਼ਤ ਬਣਾਉਣੀ ਔਖੀ ਆ। ਚਾਚੀ, ਤੈਨੂੰ ਵੀ ਪਤਾ ਮੇਰੇ ਸੁਭਾਅ ਦਾ ਹਨਾ, ਮੈਂ ਉਹਦੇ ਨਾ ਕਦੇ ਫਰਕ ਨਹੀਂ ਸਮਝਿਆ, ਹਮੇਸ਼ਾ ਉਹਨੂੰ ਆਪਦੀ ਭੈਣ ਦੇ ਵਾਂਗ ਸਮਝਦੀ ਸੀ, ਹਰ ਇੱਕ ਚੀਜ਼ ਉਹਨੂੰ ਮੈਂ ਦਿੱਤੀ ਆਪਦੇ ਘਰੋਂ, ਦੁੱਧ ਦਹੀਂ। ਫਿਰ ਉਹਨੂੰ ਮੈਂ ਇਹ ਵੀ ਗੱਲ ਕਹੀ ਸੀ ਵੀ ਗਗਨ, ਜਿੱਦਣ ਕਿਤੇ ਤੇਰੇ ਘਰੇ ਕੋਈ ਚੀਜ਼ ਨਾ ਹੋਈ, ਜਦੋਂ ਮਰਜ਼ੀ ਵੇਚ ਹੋ ਕੇ ਮੇਰੇ ਘਰੋਂ ਚੀਜ਼ ਲੈ ਲਈ। ਠੀਕ ਆ, ਪਰ ਅਗਲਾ ਕੰਮ ਕਰਦਾ ਚੱਲ ਚੀਜ਼ ਮੰਗ ਲੈਂਦਾ। ਉਹੀ ਤਾਂ ਗੱਲ ਆ, ਮੈਨੂੰ ਤਾਂ ਕਿਰਨਾਂ ਨੇ ਪਹਿਲੀ ਹੀ ਕਿਹਾ ਸੀ ਵੀ ਸੰਦੀਪ ਇਹਨੂੰ ਤੂੰ ਪੱਕੀ ਕੰਮ 'ਤੇ ਨਾ ਲਾ, 2-4 ਦਿਨਾਂ ਦਾ ਕੰਮ ਕਰਾ ਲਾ, ਮੈਂ ਹੀ ਨਹੀਂ ਮੰਨੀ ਉਹਦੀ ਗੱਲ, ਮੈਂ ਕਿਹਾ ਚੱਲ ਗਰੀਬਣੀ ਆ ਗਰੀਬਣੀ। ਲੈ ਚਾਚੀ, ਮੇਰੇ ਤਾਂ ਕੱਦੂਆਂ ਦੇ ਵੱਲ 'ਚੋਂ ਨਾ ਕੀੜੀਆਂ ਹੀ ਕੀੜੀਆਂ ਚੜ ਗਈਆਂ। ਚਾੜ ਲੈ ਭਾਈ, ਮੈਂ ਤੈਨੂੰ ਇੱਕ ਹੋਰ ਗੱਲ ਸਮਝਾਉਂਦੀ ਤੂੰ। ਹਾਂ, ਤੂੰ ਮੇਰਾ ਪੂਰਾ ਉੱਥੇ ਵੀ ਨਾ ਸ਼ੱਕ ਕਰ, ਸੰਦੀਪ ਆਉਂਦੀ ਜਾਂਦੀ ਆ ਤੁਹਾਡੇ ਘਰ? ਕਿਰਨਾ? ਆਹੋ, ਸੱਚ ਕਿਰਨਾ, ਕਿਰਨਾ ਹਾਂ ਆਉਂਦੀ ਜਾਂਦੀ ਹੈ ਚਾਚੀ। ਨਹੀਂ ਕਿਤੇ ਉਹਦਾ ਤਾਂ ਨਹੀਂ, ਉਹਨੇ ਤੈਨੂੰ ਧੋਖੇਬਾਜ਼ੀ ਕਰਦੀ ਕਿਰਨਾ, ਅੱਜ ਕੱਲ੍ਹ ਕੋਈ ਤਸੱਲੀ ਨਹੀਂ, ਪਰ ਗਾਗਨ ਦੇ ਮੈਨੂੰ ਪੂਰਾ ਯਕੀਨ ਹੈ। ਇਹ ਮੁੜਦੀ ਨਹੀਂ ਗਾਗਨ ਸਾਡੇ ਕੰਮ ਕਰਦੀ ਸੀ, ਇਹ ਤਾਂ ਤੇਰੇ ਆਉਣ ਤੋਂ ਵੀ ਪਹਿਲਾਂ ਦੇ ਕੰਮ ਕਰਦੀ ਹੈ, ਸਾਡੇ ਪੁਰਾਣੇ ਨੇ ਸਾਡੇ ਜਾਣਕਾਰੀ ਵਾਲੇ ਬੰਦੇ ਨੇ। ਚਾਚੀ ਦੇਖ, ਮੇਰੇ ਘਰੇ ਤਾਂ ਕੋਈ ਹੋਰ ਆਉਂਦਾ ਜਾਂਦਾ ਵੀ ਨਹੀਂ ਹੈਗਾ, ਤੂੰ ਆ ਹਨਾ ਜਾਂ ਕਿਰਨਾ, ਬਸ ਤੈਨੂੰ ਵੀ ਪਤਾ ਮੈਂ ਤੇਰੇ ਨਾਲ ਵੱਧ ਵਰਤ ਕੇ ਰਾਜੀ ਹਾਂ, ਕਿਰਨਾ ਚੱਲ ਮੇਰੇ ਕੋਲ ਸਹੇਲੀ ਆ, ਮੇਰੀ ਊਂ ਮਾੜਾ ਮੋਟਾ ਆ ਜਾਂਦੀ, ਉਹਦੇ ਨਾਲ ਤਾਂ ਮੈਂ ਬਾਹਲਾ ਦੇਣ ਲੈਣ ਰੱਖਦੀ ਨਹੀਂ ਹੈਗੀ। ਮੈਂ ਤਾਂ ਤੁਹਾਡੇ
ਤੈਨੂੰ ਆਹੀ ਸ਼ੱਕ ਮਾਰਦਾ ਹੋਵੇ ਪਰ ਇੱਕ ਤਾਂ ਗੱਲ ਹੈ ਕਿਤੇ ਕੋਈ ਚੂਹਾ ਚਿੜਾ ਨਾ ਲੈ ਗਿਆ ਹੋਵੇ ਮਾੜਾ ਮੋਟਾ ਆਸੇ ਪਾਸੇ ਦੇਖ ਤਾਂ ਲੈਂਦੀ ਸਮਾਰ ਕੇ ਤੂੰ ਗਗਨ 'ਤੇ ਸ਼ੱਕ ਕਰੇ ਪੈਸਾ ਤੇਰਾ ਤੇਰੇ ਘਰ ਪਿਆ ਹੋਵੇ ਨਾ ਤੈਨੂੰ ਪੱਕਾ ਯਾਦ ਆ ਵੀ ਮੇਰੇ ਫੋਨ 'ਚ ਪੈਸੇ ਧਰੇ ਨੇ ਚਾਚੀ ਮੇਰੇ ਪੱਕਾ ਯਾਦ ਆ ਬਸ ਮੇਰੇ ਨਾ ਫੋਨ ਕੰਨ 'ਤੇ ਲੱਗਿਆ ਹੋਇਆ ਸੀ ਸੁੱਖੀ ਦਾ ਫੋਨ ਆ ਰਿਹਾ ਸੀ ਅਤੇ ਮੈਂ ਕਾਹਲੀ ਕਾਹਲੀ 'ਚ ਆਈ ਰੱਖ ਲਈ ਪੈਸੇ ਅੱਛਾ ਪੈਸੇ ਵੀ ਕੋਈ ਥੋੜ੍ਹੇ ਘਣੇ ਨਹੀਂ ਸੀ ਚੱਲ 2000 ਹੁੰਦਾ ਨਾ ਮੈਂ ਤਾਂ ਵੀ ਚੁੱਪ ਕਰ ਜਾਂਦੀ 6000 ਸੀ ਪੂਰਾ ਨਹੀਂ ਭਾਈ ਤੈਨੇ ਥੱਬਾ ਹੀ ਚੱਕ ਲਿਆ ਰੁਪਈਆਂ ਦਾ ਹੈ ਦੱਸ ਡਿੱਪੂ ਕਾਹਦਾ ਆ ਗਿਆ ਚਾਚੀ ਤੇਰੇ ਪੁੱਤ ਨੇ ਨਾ ਮੈਨੂੰ ਲਿਆ ਕੇ ਫੜਾਈ ਸੀ ਕਹਿੰਦਾ ਚੱਲ ਕਈ ਵਾਰੀ ਕੋਈ ਘਰੇ ਆ ਕਰ ਜਾਂਦਾ ਕੋਈ ਦਾਲ ਪਾਣੀ ਹੋਰ 100 ਕੰਮ ਹੁੰਦੇ ਤੈਨੂੰ ਪਤਾ ਹੀ ਖਰੀਦਦਾਰੀ 100 ਪਾਸੇ ਪੈਸਾ ਚਾਹੀਦਾ ਫਿਰ ਉਹੀ ਤਾਂ ਗੱਲ ਆ ਮੈਂ ਉਹ ਸਾਹਮਣੇ ਕੋਈ ਚੱਲ ਆ ਜਾ ਘਰੇ ਚੱਲਦੇ ਤੈਨੂੰ ਚਾਹ ਦੀ ਘੁੱਟ ਪਿਆ ਮੰਗਣਾ ਚੱਲ ਕੋਈ ਨਾ ਚਾਹ ਤੂੰ ਤਾਂ ਕੋਈ ਲੋੜ ਨਹੀਂ ਫਿਰ ਹੈ ਨਹੀਂ ਕੋਈ ਕਦੋਂ ਮੈਨੂੰ ਆਏ ਸਮਾਂ ਚੱਲ ਤੋੜ ਕੇ ਲਿਆਉਂਦੇ ਤੂੰ ਤਾਂ ਚਾਚੀ ਮੈਨੂੰ ਨਹੀਂ ਮਿਲਿਆ ਬਾਕੀ ਤੂੰ ਦੇਖਣਾ ਦੇਖ ਲਾ ਚੱਲ ਆ ਜਾ ਘਰੇ ਕੋਈ ਪਈ ਹੋਊਗੀ ਹੋਰ ਤੋਰੀਆਂ ਤਾਰੀਆਂ ਖੇਤੋਂ ਲਿਆਏ ਅਸੀਂ ਤੇਰਾ ਪੁੱਤ ਉਹ ਸਬਜ਼ੀ ਦੇ ਦੂੰਗੀ ਚੱਲ ਉਹ ਫੜਾ ਦੇ ਭਾਈ ਚੱਲ ਤੈਨੂੰ ਪਤਾ ਜੇ ਲੋਕਾਂ ਦੇ ਧੰਦੇ ਮੁੱਕਣ ਤਾਂ ਆਪਦੇ ਘਰ ਦਾ ਕੰਮ ਕਰ ਆ ਬਾੜੀ ਜੀ ਸੁੰਭਰ ਲਵਾਂਗਾ ਨਾਲੇ ਤਾਂ ਹੁਣ ਤੈਨੂੰ ਪਤਾ ਵੀ ਸੱਪ ਸਕੂਲੀ ਦਾ ਟਾਈਮ ਆ ਭਾਈ ਠੰਡੀ ਸੌ ਆ ਗਈ ਸੌਣ ਜੇ ਚ ਨਾਲੇ ਆਂਡੀਆਂ ਗੁਆਂਢੀ ਦੀਆਂ ਕੁੜੀਆਂ ਨਾ ਇੱਥੇ ਤੀਆਂ ਲਾ ਲਿਆ ਕਰਨਗੀਆਂ ਹੁਣ ਹਾਂ ਚੱਲ ਚੰਗਾ ਬਾਈ ਸਾਫ਼ ਸਫ਼ਾਈ ਤਾਂ ਵਧੀਆ ਹੋਰ ਠੀਕ ਠਾਕ ਰਹਿੰਦੀ ਦਾਦੀ ਵਧੀਆ ਰਹਿੰਦੀ ਹਾਂ ਚਾਚੀ ਮੈਂ ਤਾਂ ਮੈਨੂੰ ਕੀ ਹੋਇਆ ਗਾ ਹਾਂ ਖੈਰ ਸੁੱਖ ਰਾਜੀ ਖੁਸ਼ੀ ਹੋਰ ਤੁਸੀਂ ਸੁਣਾਓ ਮੈਂ ਤਾਂ ਠੀਕ ਹਾਂ ਹੋਰ ਹੀ ਨਵੀਂ ਤਾਜ਼ੀ ਗੱਲ ਸੁਣੀ ਕੀ ਹੋ ਗਿਆ ਸੰਦੀਪ ਕਹਿੰਦਾ ਮੈਂ ਤੁਹਾਨੂੰ ਦੇਖਣ ਵਾਸਤੇ ਆਇਆ ਅੱਛਾ ਹਾਂ ਆਪਾਂ ਵੇਲਾਂ ਨਹੀਂ ਅਸੀਂ ਫਿਰਦੀ ਸੀ ਅੱਛਾ ਅੱਛਾ ਮੈਂ ਤਾਂ ਘਰੇ ਝਾਤੀ ਜੀ ਮਾਰੀ ਅਤੇ ਘਰੇ ਹੈ ਨਹੀਂ ਸੀ ਅੱਛਾ ਮੈਂ ਫਿਰ ਮੈਂ ਚੱਲ ਕੋਈ ਨਹੀਂ ਮੈਂ ਵੇਲਾਂ 'ਚ ਤੁਹਾਨੂੰ ਦੇਖ ਲਵਾਂਗੇ ਕੀ ਗੱਲ ਆਪਾਂ ਤਾਂ ਘਰ ਦੀ ਗੱਲ ਅੱਛਾ ਤੂੰ ਵੇਲਾਂ 'ਚ ਆਪ ਹੀ ਫਿਰਦੇ ਸੀ ਅੱਛਾ ਸੁੱਖ ਤਾਂ ਹੈ ਉਹ ਕੀ ਗਿਆ ਤੂੰ ਸੁੱਖ ਸੱਖ ਤਾਂ ਤੈਨੂੰ ਵੀ ਹੁਣ ਮਾੜਾ ਮੋਟਾ ਪਤਾ ਹੀ ਨਾ ਚਾਚੀ ਮੈਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਮੈਂ ਤਾਂ ਕਈ ਦਿਨ ਹੋ ਗਏ ਉਹਨਾਂ ਦੇ ਘਰੇ ਵੀ ਨਹੀਂ ਗਈ ਉਹ ਕਹਿੰਦੀ ਭਾਈ ਸਾਨੂੰ ਲੋੜ ਨਹੀਂ ਕੰਮ ਦੀ ਤੂੰ ਨਾ ਆਇਆ ਕਰ ਮੈਂ ਚੱਲ ਭਾਈ ਮੈਂ ਨਾ ਜਾਇਆ ਕਰੂੰ ਕੀ ਗੱਲ ਆ ਮੈਨੂੰ ਤਾਂ ਖੁੱਲ੍ਹ ਕੇ ਜੀ ਦੱਸ ਦੇ ਗਾਗਨ ਹਾਂ ਤੂੰ ਵੀ ਮੇਰੇ ਤੋਂ ਪਰਦੇ ਰੱਖਦੀ ਹੈ ਗੱਲ ਤਾਂ ਕਹਿੰਦੇ ਭਾਵਾਂ ਖੂਹ 'ਚ ਵੜ ਕੇ ਕਰ ਲੈ ਉਹ ਵੀ ਪਤਾ ਲੱਗ ਜਾਂਦਾ ਅਤੇ ਨਾਲੇ ਮੈਂ ਕਹਿੰਦੀ ਹਾਂ ਵੀ ਸੰਦੀਪ ਕਹਿੰਦੇ ਉਹਨੂੰ ਪੈਸੇ ਪੂਸੇ ਚੱਕੇ ਗਏ ਮੇਰੇ 5-6 ਹਜ਼ਾਰ ਰੁਪਈਆ ਓਹੋ ਚਾਚੀ ਉਹੀ ਗੱਲ ਹੋ ਗਈ ਕਹਿੰਦੇ ਚੋਰ ਦੀ ਮਾਂ ਕੋਠੀ 'ਚ ਮੂੰਹ ਜੇ ਮੈਂ ਦੱਸਦੀ ਹਾਂ ਤਾਂ ਭਾਈ ਮੇਰੀ ਬੇਇੱਜ਼ਤੀ ਹੁੰਦੀ ਆ ਜੇ ਮੈਂ ਲੁਕਾਉਣੀ ਆ ਕਹਿੰਦੇ ਦਾਈਆਂ ਤੋਂ ਕਦੇ ਢਿੱਡ ਲੁਕੇ ਆ ਹਾਂ ਫਿਰ ਉਹੀ ਆ ਗਈ ਗੱਲ ਹਾਂ ਉਹ ਤਾਂ ਕਹਿੰਦੇ ਜਜਵਾਨ ਅੱਗੇ ਹੀ ਆਉਣਾ ਹੈ ਉਹ ਗੱਲ ਮੇਰੀ ਆ ਮੈਂ ਜਿੰਨੇ ਮਰਜ਼ੀ ਪੜਦੇ ਪਾੜਾਂ ਗੱਲ ਤਾਂ ਫਿਰ ਵੀ ਤੁਹਾਨੂੰ ਪਤਾ ਲੱਗ ਗਿਆ ਕੀ ਕਰਾਂ ਚਾਚੀ ਉਹਨਾਂ ਦੇ ਨਾ ਕਿਤੇ ਉਹ ਗਈ ਸੀਗੀ ਆਪਣਾ ਹੱਡੀ ਪੂਵ ਬਾਵਾ ਦਿਨਾਂ ਦੀ ਗੱਲ ਆ ਮੈਨੂੰ ਕਹਿੰਦੀ ਸਾਡੇ ਘਰੋਂ 6000 ਰੁਪਇਆ ਚੱਕ ਕੇ ਤੂੰ ਲੈ ਗਈ ਚਾਚੀ ਮੈਨੂੰ ਤਾਂ ਸੌਂ ਲੱਗੇ ਭਾਈ ਮੈਂ ਉਹਨਾਂ ਦਾ ਇੱਕ ਪੰਜੀ ਨਹੀਂ ਚੱਕੀ 6000 ਤਾਂ ਮੈਂ ਕਿੱਥੋਂ ਚੱਕਣਾ ਸੀ ਉਹ ਉਹਦੇ ਜਾਂਦੀ ਜਾਂਦੀ ਪੈਸੇ ਮੇਰੇ ਯਾਦ ਆ ਵੀ ਤਖਤ ਪੋਸਤੇ ਰੱਖ ਗਈ ਸੀ ਮੈਂ ਚੱਕ ਕੇ ਪੈਸੇ ਉਹਨਾਂ ਦੇ ਡੱਬੇ ਥੱਲੇ ਘਰ ਤੇ ਕਾਂਸ ਤੇ ਫੱਟੀ ਜੀ ਥੱਲੇ ਠੀਕ ਆ ਠੀਕ ਤੇ ਮੈਂ ਤਾਂ ਮੁੜ ਕੇ ਭਾਈ ਉਹ ਗਈ ਨੂੰ ਘਰੇ ਉਹਨੇ ਤਾਂ ਮੇਰੀ ਉਹ ਲਾਹ ਪਾ ਕੀਤੀ ਤੂੰ ਚੋਰ ਆ ਤੂੰ ਸਾਡੇ ਘਰੇ ਨਾ ਬੜੀ ਤੂੰ ਆਏ ਨਾ ਕਰੀ ਨਾਲੇ ਮੈਂ ਬਥੇਰੀ ਕੁਛ ਕਿਹਾ ਵੀ ਮੈਂ ਪੈਸੇ ਨਹੀਂ ਚੱਕੇ ਨਾ ਭਾਈ ਗੱਲ ਸੁਣ ਕੇ ਤਾਂ ਮੈਨੂੰ ਵੀ ਜਾਣੀ ਕੇਰਾਂ ਤਾਂ ਗੁੱਸਾ ਆਇਆ ਉੱਥੇ ਵੀ ਐਂ ਕਾਹਤੋਂ ਕਹੀ ਜਾਂਦੀ ਆ
ਦੇਖ ਮੈਂ ਉਹਨੂੰ ਇਹ ਗੱਲ ਸਮਝਾਈ ਤੀ ਵੀ ਆਪਦਾ ਘਰੇ ਦੇਖ ਲੈ ਤੂੰ ਸਮਾਰ ਕੇ, ਕਈ ਵਾਰੀ ਚੂਹਾ ਚੜਾ ਲੈ ਜਾਂਦਾ ਆਪਣਾ ਹੈਂ ਵੀ ਆਪਦਾ ਘਰ ਫਰੋਲ ਭਾਈ, ਦੂਜੇ ਨੂੰ ਤਾਂ ਫਿਰ ਕਹਿੰਦਾ ਹੁੰਦਾ ਅਤੇ ਕਹਿੰਦੇ ਨਾ ਨਾ ਪੈਸੇ ਤਾਂ ਮੇਰੇ ਉਹੀ ਲੈ ਕੇ ਗਿਆ ਚੱਕ ਕੇ ਹੈਂ, ਅਤੇ ਕਹਿੰਦੀ 6000 ਰੁਪਇਆ ਲੈ ਗਈ ਸਾਡਾ ਚੱਕ ਕੇ, ਮੈਂ ਤਾਂ ਬਥੇਰਾ ਭਾਈ ਉਹਨੂੰ ਆਖਿਆ, ਮੈਂ ਗਾਗਨ ਨੇ ਮੇਰੇ ਮੁੰਡੇ ਦੇ ਵਿਆਹ 'ਚ ਕੰਮ ਕੀਤਾ, ਜਿਹੜਾ ਸਾਡਾ ਚਮਚਾ ਜੀ ਘਟਿਆ ਹੈਂ, ਅਤੇ ਸਾਡੇ ਤਾਂ ਪੁਰਾਣੀ ਇਹਨਾਂ ਨਾਲ ਜਾਣਕਾਰੀ ਆ, ਹੁਣ ਇਹ ਕਿਹੜਾ ਅੱਜ ਦੇ ਵਰਤਦੇ ਆ ਵੀ ਗਾਗਨ ਦੀ ਜ਼ਿੰਮੇਵਾਰੀ ਤਾਂ ਮੈਂ ਦਿੰਦੀ ਹਾਂ ਹੈਂ, ਵੀ ਜੇ ਗਾਗਨ ਕੋਈ ਚੀਜ਼ ਛੇੜੇ ਹੈਂ ਵਿਚਾਰੀ, ਜੇ ਮੈਂ ਕਿਹਾ ਗਰੀਬ ਐਂ ਨਹੀਂ ਕਰਦੀ ਹੈਗੀ, ਪਰ ਭਾਈ ਗਰੰਟੀ ਤਾਂ ਮੈਂ ਤੇਰੀ ਬਥੇਰੀ ਦਿੱਤੀ ਉਸ ਨੂੰ, ਪਰ ਉਹ ਤਾਂ ਨਾ ਉੱਥੋਂ ਬੋਲੀ ਜਿੱਥੋਂ ਨਾ ਬੋਲਣਾ ਹੋਵੇ, ਬਹੁਤ ਭਾਈ ਕਿੱਥੇ ਕਿੱਥੇ ਟੱਪਦੀ ਸੀ। ਚਲੋ ਕੋਈ ਨਾ ਚਾਚੀ, ਸ਼ਾਬਾਸ਼ੀ ਤੁਹਾਡੇ ਭਾਈ, ਤੁਹਾਡਾ ਵੱਡਪਣਾ ਜਿਹੜਾ ਤੁਸੀਂ ਮੈਨੂੰ ਆਏ ਕਹਿੰਦੇ ਹੈ ਮੇਰੀ ਮਿਹਨਤ ਕਰਾਉਣੇ ਵੀ ਨਹੀਂ ਕਹਿੰਦੇ ਹੁੰਦੇ, ਵਿਸ਼ਵਾਸ ਵੀ ਕਿਸੇ ਕਿਸੇ ਨੂੰ, ਬਾਕੀ ਭਾਈ ਵਿਸ਼ਵਾਸ ਕਿਹੜਾ ਬਣਿਆ ਬਣਦਾ ਅੱਜ ਕੱਲ੍ਹ ਦੇ, ਹਾਂ ਵਿਸ਼ਵਾਸ ਬਣਾਉਣੇ ਬਥੇਰੇ ਔਖੇ ਆ, ਕਹਿੰਦੇ ਹੁੰਦੇ ਬਿਖਾਰ ਤਾਂ ਭਾਵਾਂ ਦੀ ਮਾੜੇ ਜੇ ਨਾਲ ਹੈ, ਮੇਰਾ ਮਾੜੇ ਜੇ ਨਾਲ ਹੀ ਤੜਕ ਗਈ ਉਹ ਮੈਥੋਂ। ਫਿਰ ਮੈਂ ਭਾਈ ਉਹਨੂੰ ਇਹ ਵੀ ਪੁੱਛਿਆ, ਮੈਂ ਕਿਹਾ ਤੇਰੇ ਲਈ ਕਿਰਨ ਆਉਂਦੀ ਜਾਂਦੀ ਹੈ, ਕਹਿੰਦੀ ਹਾਂ ਕਿਰਨਾ ਨਾਲ ਵੀ ਮੇਰਾ ਵਰਤ ਪਰਤੇਵਾ, ਤੁਹਾਡੇ ਨਾਲ ਵੀ ਵਰਤ ਪਰਤੇਵਾ, ਮੈਂ ਕਿਹਾ ਚੱਲ ਦੇਖਾ ਪਤਾ ਭਾਈ ਤੁਹਾਡੇ ਕਦੇ ਵਾਲਾ ਕੰਮ ਰੱਖੀ ਨਹੀਂ ਬੜੇ, ਕਦੇ ਨਹੀਂ ਸੋਚ ਨਹੀਂ ਬੜੇ, ਸਹੀ ਗੱਲ ਆਪਾਂ ਤਾਂ ਬਾਹਰੋਂ ਗੱਲਾਂ ਬਾਤਾਂ ਕਰਕੇ ਦੁੱਖ ਸੁੱਖ ਕਰਕੇ ਮੁੜ ਜਾਂਦੇ ਆ, ਆਪਣਾ ਕਿਸੇ ਦੇ ਕਮਰੇ 'ਚ ਵੜਨ ਦਾ ਕੀ ਮਤਲਬ ਭਾਈ, ਮਤਲਬ ਹੀ ਨਹੀਂ, ਸੋਚ ਹੀ ਪਈ ਹੁੰਦੀ ਆ ਪੜਦੇ ਆ। ਨਾ ਚਾਚੀ, ਮੈਂ ਵੀ ਉਹਨਾਂ ਦੇ ਕੰਮ ਕਾਰ ਕਰਕੇ ਨਾ ਮੈਂ ਪੈਸੇ ਉੱਥੇ ਰੱਖ ਕੇ ਭਈ ਆ ਗਈ, ਮਾੜੀ ਤਾਂ ਮੈਂ ਆ, ਜਾਂ ਤਾਂ ਮੈਂ ਉਹ ਦੂਜੇ ਦਿਨ ਉਹਦਾ ਭਰਾ ਵੀ ਆਇਆ ਸੀ, ਮੈਂ ਤਾਂ ਉਹਦੇ ਵੀ ਦੱਸਣਾ ਭੁੱਲ ਗਈ, ਮੇਰੇ ਮੇਰੀ ਭੈਣ ਆ ਗਈ ਸੀ ਕੋਮਲ, ਮੈਂ ਉਹਦੇ ਨਾਲ ਗੱਲੀ ਲੱਗ ਗਈ, ਮੈਂ ਤਾਂ ਗੱਲਾਂ ਗੱਲਾਂ 'ਚ ਭੁੱਲ ਗਈ, ਫਿਰ ਮੇਰੇ ਕਿਤੇ ਯਾਦ ਆਇਆ ਜਦੋਂ ਕੋਮਲ ਨੂੰ ਉਹਨੇ ਲਾਂਭਾ ਦਿੱਤਾ, ਫਿਰ ਮੈਂ ਉਹਨਾਂ ਦੇ ਘਰੇ ਜਾ ਕੇ ਬਥੇਰੀ ਤਰਲੇ ਪਏ, ਮੈਂ ਤਾਂ ਨਾ 3000 ਰੁਪਇਆ ਵੀ ਛੱਡਤਾ ਸੀ ਉਹਨਾਂ ਕਨੀ, ਮੁੜ ਕੇ ਮੈਂ ਤਾਂ ਗਈ ਨਹੀਂ ਭਾਈ, ਮੈਂ ਕਿਹਾ ਹੁਣ ਉਹਨਾਂ ਦੇ ਡਾਕਾ ਵੱਜੇ ਚੋਰੀ ਵੱਜੇ ਐਵੇਂ ਜੁੰਮੇ ਲੱਗ ਜਾਂਦਾ, ਕੱਲ੍ਹ ਕੋਈ ਸੋਨੇ ਦੀ ਟੂਮ ਚੱਕੀ ਜਾਂਦੀ, ਮੇਰੇ ਵਰਗੀ ਗਰੀਬ ਨਹੀਂ ਕਿੱਥੋਂ ਭਰ ਦਿੰਦੀ, ਕਿੱਥੋਂ ਭਰ ਦਿੰਦੀ, ਸੱਚੀ ਗੱਲ ਨਾ ਭਾਈ ਦੇਖ, ਗਰੀਬ ਨਹੀਂ ਤੇਰੀ ਗਰੀਬ ਮਾਰ ਹੋ ਗਈ, ਸਹੀ ਗੱਲ, ਅਗਲੇ ਨੇ ਤਾਂ ਕਹਿਣ ਵਾਲੇ ਨੇ ਕਹਿਤਾ, ਅਸੀਂ ਨਹੀਂ ਪਤਾ ਅਖੇ ਕਰਨ ਵਾਲਾ ਕੋਈ ਭਰਨ ਵਾਲਾ ਕੋਈ, ਸਹੀ ਗੱਲ, ਤਾਂ ਭਰਨੇ ਪੈ ਗਏ ਨਾ। ਨਾ ਚਾਚੀ, ਉਦੇ ਤਾਂ ਮੇਰਾ ਤਾਂ ਨਾ ਕੰਨੀ ਹੱਥ ਲਾ ਲੇ, ਮੈਂ ਤਾਂ ਮੈਂ ਕਿਹਾ ਮਣਾ ਆ ਘਰਾਂ ਦੇ ਕੰਮ ਤਾਂ ਜਿਹੜੇ ਕਰਦੀ ਆ, ਨਾਲੇ ਤਾਂ ਅਗਲੇ ਤੋਂ ਝਿੜਕਾਂ ਲੈਣੀ ਆ, ਨਾਲੇ ਨੱਕ ਮੂੰਹ ਕਢਾਉਣੀ ਆ, ਉੱਤੋਂ ਉੱਤੋਂ ਏਡੇ ਏਡੇ ਇਲਜ਼ਾਮ ਲਾਉਣੇ, ਮੈਂ ਤਾਂ ਉਦੇ ਦੀ ਨਾ ਨਰੇਗਾ ਵਾਲਿਆਂ 'ਚ ਦਿਹਾੜੀ ਵਗ ਜਾਣੀ। ਨਾ ਨਾ ਵਧੀਆ ਵਧੀਆ ਧੀਏ, ਇਹ ਸਾਰਿਆਂ ਨਾਲ ਨੋਟ ਹੈ, ਹੋਰ ਕਿਸੇ ਦੀ ਹੈ ਨਾ ਕਿਸੇ ਦੀ ਕਹਿ ਕਹਿ, ਭਾਵਾਂ ਦੀ ਥੋੜ੍ਹੇ ਆ ਗਏ, ਨਾ ਨਾ ਕੁਛ ਨਹੀਂ, ਟਾਈਮ ਪਾਸ ਹੋ ਜਾਂਦਾ ਆਪਣੇ ਗਰੀਬਾਂ ਨੂੰ, ਕੀ ਆ ਘਰੇ ਸੁੱਖ ਦੀ ਰੋਟੀ ਪੱਕਣੀ ਚਾਹੀਦੀ ਕਲੇਸ਼ ਨਾਲ, ਉਹੀ ਤਾਂ ਗੱਲ ਹੈ ਭਾਈ, ਪਰ ਉਹਨੇ ਚੰਗੀ ਗੱਲ ਨਹੀਂ ਕਰੀ ਸੰਦੀਪ, ਜਿਹੜੀ ਜਮਾ ਤੇਰੇ ਸਰਿਆਮ ਸਿਰ ਲਾ ਰਹੀ ਹੈ, ਚਲੋ ਕੋਈ ਨਹੀਂ, ਜਿਹੜੇ ਟੱਪੇ ਉੱਥੋਂ ਬੋਲੀ ਜਿੱਥੋਂ ਨਾ ਬੋਲਣੇ ਹੋਵੇ, ਮੈਨੂੰ ਤਾਂ ਭਾਈ ਗੁੱਸਾ ਜਾ ਵੀ ਬਹੁਤ ਆਇਆ, ਕਹਿੰਦੇ ਹੁੰਦੇ ਰੱਬ ਮੂਹਰੇ ਨਾ ਅੰਧੇਰਾ, ਦੇਰ ਤਾਂ ਜ਼ਰੂਰ ਹੈਗੀ ਰੱਬ ਦੇ, ਪਤਾ ਲੱਗ ਜੂ, ਹਾਂ ਇਹੀ ਜੀ ਗੱਲ ਕਿਹੜੀ ਆ, ਸਹੀ ਗੱਲ, ਪਤਾ ਤੂੰ ਮੈਂ ਕਿਹਾ ਯਾਦ ਕਰ ਭਾਈ ਕਿੱਥੇ ਧਰੇ ਕਿੱਥੇ ਨਾ ਧਰੇ, ਹੈ ਚੱਲ ਘਰੋਂ ਵੀ ਜਾ ਸਕਦੇ ਨੇ, ਹਾਂ ਮੈਂ ਤਾਂ ਉਹੀ ਗੱਲ ਕਹਿੰਦੀ ਆ ਵੀ ਰੱਬ ਦੇ ਘਰੇ ਦੇਰ ਤਾਂ ਜ਼ਰੂਰ ਆ, ਅੰਧੇਰ ਨਹੀਂ ਹੈਗਾ, ਕਿਸੇ ਦਿਨ ਤਾਂ ਉਹਨੂੰ ਪਤਾ ਲੱਗ ਜੂ, ਮੈਂ ਤਾਂ ਇਹੀ ਕਹਿੰਦੀ ਹਾਂ ਜੇ ਸੱਚੇ ਪਾਤਸ਼ਾਹ ਪੈਸੇ ਉਹਨਾਂ ਦੇ ਘਰੋਂ ਇੱਥੇ ਆ ਜਾਣ, ਤੇਰੀ ਗੱਲ ਸੱਚ ਹੋ ਜੇ, ਆ ਚੂਹਾ ਚਿੜੀ ਲੈ ਕੇ ਗਿਆ ਹੋਵੇ, ਲੈ ਹੋ ਸਕਦਾ ਟੁੱਕੇ ਵੇ ਇੱਥੇ ਆ ਜਾਣ, ਹੁਣ ਵਿਸ਼ਵਾਸ ਬਣ ਜੂ, ਪਰ ਇੰਨਾ ਪਤਾ ਲੱਗ ਜੂ ਵੀ ਹਾਂ ਇੱਥੇ ਆ ਗਈ, ਹਾਂ ਚੱਲ ਚੰਗਾ ਭਾਈ, ਮੈਂ ਵੀ ਚੱਲੀ ਘਰੇ, ਕੋਈ ਕੰਮ ਸੀ ਨਾ, ਨਾ ਮੈਂ ਤਾਂ ਉਹੀ ਆ ਗਈ, ਮੈਨੂੰ ਉਹਦੇ ਗੱਲਾਂ 'ਚ ਸੁਣ ਕੇ ਗੁੱਸਾ ਆਇਆ, ਮੈਂ ਚਾਹ ਦੀ ਘੁੱਟ ਬਣਾ ਲਿਆਉਣੀ ਆ ਘਰੇ, ਬਸ ਬਸ ਚਾਹ ਦੀ ਕੋਈ ਲੋੜ ਨਹੀਂ, ਆਪਣੀ ਚਾਹ ਕਿਹੜਾ ਵੰਡੀ ਆ, ਉੱਧਰ ਹੋਈ ਕੋ ਉੱਧਰ ਹੋਈ, ਸਹੀ ਗੱਲ ਹੈ, ਚੱਲ ਸਾਰਾ ਸੁੱਖ, ਮੈਂ ਕਹਿੰਦੀ ਨਾ ਪਾਣੀ ਦਾ ਨਾਮ ਹੈ ਤਾਂ ਦੁੱਖ ਸੁੱਖ ਜੇ ਲੈ ਕੇ ਵੇਗੀ, ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ, ਚਾਹ ਕੀ ਆ ਗਿਆ ਕਰ, ਕੋਈ ਨਾ ਭਾਈ, ਮੈਨੂੰ ਤਾਂ ਗੁੱਸਾ ਆਇਆ ਭਾਈ, ਬਲਾਈ ਉਹਦੀ ਗੱਲ ਸੁਣ ਕੇ, ਆਏ ਨਹੀਂ ਤੁਹਾਡੇ ਅਮਨ ਹੋਰੇ, ਮਾਰਿਆ ਨਹੀਂ ਗੇੜਾ, ਆਉਣਗੇ ਬਸ, ਉਹ ਕਹਿੰਦੇ ਸੀ ਕਹਿੰਦੇ ਆਵਾਂਗੇ ਅਸੀਂ, ਅੱਛਾ ਫੋਨ ਆਇਆ ਸੀ ਭਾਈ, ਤੇਰੇ ਧੀ ਅਰਗੇ ਉਹ ਆ ਗਏ ਹੈ, ਹੋਰ ਤੇ ਉਹਨਾਂ ਦੇ ਸਹਾਰਾ ਹੈਗਾ, ਕੋਮਲ ਜਾਮਣਾ ਤੋੜ ਕੇ ਦੇਵਾਂ ਤੈਨੂੰ, ਇਹਨਾਂ ਜਾਮਣਾ ਲੱਗੇ ਨਹੀਂ, ਬਸ ਕਰ ਬਸ ਕਰ, ਪਹਿਲਾਂ ਉਹ ਸੰਦੀਪ ਨੇ ਤੇਰੇ ਤੇ ਐਡਾ ਵੱਡਾ ਇਲਜ਼ਾਮ ਲਾਤਾ, ਅਖੇ ਤੇਰੀ ਭੈਣ ਨੇ ਚੋਰੀ ਕਰਤੀ ਚੋਰੀ ਕਰਤੀ, ਮੈਂ ਤਾਂ ਉਹੀ ਨਹੀਂ ਕਦੇ ਊਂ ਤੇ ਤੂੰ ਕਹਾਇਆ ਹੈਗਾ, ਤੂੰ ਮੈਨੂੰ ਕਿੰਨਾ ਕੁਛ ਸੁਣਾਤਾ, ਚੱਲ ਕੋਈ ਗੱਲ ਨਹੀਂ, ਫਿਰ ਮੈਂ ਕਿਹੜਾ ਚੋਰੀ ਕੀਤੀ ਹੈਗੀ,
ਮੈਨੂੰ ਕਿਹੜਾ ਪਤਾ ਸੀਗਾ ਮੇਰੇ ਤੇ ਇਲਜ਼ਾਮ ਲੱਗ ਜੂ, ਮੈਂ ਚੱਕ ਕੇ ਪੈਸੇ ਸਾਂਭਤੇ। ਹੁਣ ਤੂੰ ਤਾਂ ਉਹੀ ਗੱਲ ਨੀ ਉਹਦੇ ਦੀ, ਹੁਣ ਮਾਂ ਕੋਲੇ ਨਾ ਇਹ ਗੱਲ ਜਾ ਕੇ ਕਰਨ ਲੱਗ ਜੀ ਉੱਥੇ ਪਿੰਡ। ਮੈਂ ਤਾਂ ਕੀ ਗੱਲ ਕਰਨੀ ਆ ਭਈ, ਆ ਸੰਭਲ ਕੇ ਰਿਹਾ ਕਰ, ਠੀਕ ਹੈ ਨਾ? ਕੋਈ ਲੋੜ ਨੀ ਹੈਗੀ ਇਹਨਾਂ ਦੇ ਕੰਮ ਕਰਨ ਦੀ, ਤੂੰ ਹੋਰ ਕੋਈ ਦਿਹਾੜੀ ਦੱਪਾ ਕਰ ਲੈ, ਘੱਟ ਖਾ ਲਾਂਗੇ। ਲੈ ਦਿਹਾੜੀ ਦੱਪਾ, ਜਦੋਂ ਤੂੰ ਰਾਤ ਮੈਨੂੰ ਕਿਹਾ ਸੀ ਨਾ ਵੀ ਜਾਇਆ ਦਿਹਾੜੀ ਦੱਪੇ ਦੇ, ਤੇ ਮੈਂ ਉਹਨਾਂ ਦੀ ਜੀਤੋ ਕੇ ਪੁੱਛ ਕੇ ਆ ਗਈ ਸੀ। ਉਹ ਕਹਿੰਦੀ ਮੇਰੇ ਨਾਲ ਚੱਲ ਵੜਿਆ ਕਰ, ਕਹਿੰਦੀ ਨਹੀਂ ਤਾਂ ਨਰੇਗਾ 'ਚ ਵਗ ਜਾ ਕਰ, ਤੇ ਕਹਿੰਦੀ ਉਹ ਪੈਸੇ ਤਾਂ ਕਹਿੰਦੀ ਚੱਲ ਵੇਲੇ ਕੁ ਕਰ ਦਿੰਦੇ ਆ, ਪਰ ਕਹਿੰਦੀ ਦਿਹਾੜੀ ਤਾਂ ਵਧੀਆ ਪੈਂਦੀ ਆ, ਨਾ ਚੋਰੀ ਦਾ ਇਲਜ਼ਾਮ ਨਾ ਕਿਸੇ ਦਾ ਕਾਲਖ ਮੂੰਹ ਲੱਗਣੀ ਆ। ਮੈਂ ਕਿਹਾ ਚੱਲ ਮੈਂ ਦਿਹਾੜੀ ਵਗ ਜਾ ਕਰੂੰ, ਕਿਸੇ ਦੇ ਮੂੰਹ ਲੱਗਣ ਦੀ ਲੋੜ ਹੀ ਨਹੀਂ ਹੈਗੀ, ਆਪਦਾ ਕੰਮ ਤੱਕ ਮਤਲਬ ਰੱਖਿਆ ਕਰ, ਠੀਕ ਹੈ ਨਾ? ਕੋਈ ਲੋੜ ਨੀ ਕਿਸੇ ਦੇ ਜਾਮਣਾ ਤੋੜਨ ਦੀ, ਕੋਈ ਲੋੜ ਨੀ ਕਿਸੇ ਦੇ ਝਾੜੂ ਪੋਚਾ ਕਰਨ ਦੀ। ਕੋਈ ਨਾ, ਅੱਜ ਤੋਂ ਬਾਅਦ ਨਹੀਂ ਮੈਂ ਜਾਂਦੀ। ਆਪਣੇ ਪਿਓ ਨੇ ਆਪਾਂ ਨੂੰ ਕਿੰਨਾ ਕੁ ਝਾੜੂ ਪੋਚਾ ਕਰ ਦਿੱਤਾ, ਮੈਨੂੰ ਕਿੰਨਾ ਕੁ ਕਰਨ ਦਿੰਦੇ ਨੇ? ਕਿੰਨਾ ਵੀ ਨਹੀਂ ਕਰਨ ਦਿੱਤਾ। ਹੁਣ ਜਿਹੜਾ ਮਾਂ ਪਿਓ ਦੇ ਘਰੇ ਹੁੰਦੇ ਆ, ਉਹ ਤਾਂ ਗਾਹਾਂ ਜਾ ਕੇ ਸਹੁਰੇ ਆਪਦੇ ਸੁਯੋਗ ਉਗੜਦੇ ਹੁੰਦੇ ਆ। ਮੇਰੇ ਸੁਯੋਗਾਂ 'ਚ ਮਾੜਾ ਲਿਖਿਆ ਸੀ ਭਾਈ, ਗਰੀਬ ਦੇ ਘਰੇ ਆ ਗਈ ਮੈਂ, ਹੈ ਤੇ ਬਸ ਉਹ ਜਿਹਾ ਗਰੀਬ ਪੁਣਾ ਆਪਦਾ ਕਰੀ ਜਾਂਦੀ ਹਾਂ। ਉਦੋਂ ਬਾਪੂ ਕਹਿੰਦਾ ਮੁੰਡਾ ਨਸ਼ੇ ਪੱਤੇ ਵਾਲਾ ਨਾ ਹੋਵੇ, ਮਿਹਨਤ ਕਰਕੇ ਖਾਣ ਵਾਲਾ ਹੋਵੇ। ਆਪਾਂ ਨੂੰ ਆਹੀ ਸ਼ਿਕਸ਼ਾ ਦਿੱਤੀ ਸੀ ਭਾਈ, ਹੁਣ ਮਿਹਨਤ ਵਾਲਾ ਮੈਂ ਵੀ ਮਿਹਨਤ ਕਰੀ ਜਾਂਦੀ ਹੈਗੀ। ਸਹੀ ਗੱਲ ਹੈ। ਚੱਲ ਬਾਕੀ ਗੱਲਾਂ ਛੱਡ, ਕੋਈ ਨਹੀਂ ਮੈਂ ਫੇਰ ਆਊਂਗੀ, ਫੇਰ ਸੁਣਾ ਦੀ ਮੈਨੂੰ ਕਦੇ ਦੁਖੜਾ, ਮੇਰੀ ਬੱਸ ਲੰਘ ਜੂਗੀ, ਮੈਨੂੰ ਛੱਡਿਆ। ਚੱਲ ਛੱਡ ਕਿਉਂ ਨਹੀਂ, ਆ ਜਾ ਆ ਜਾ। ਤੇਰੀ ਬਾਈਕ ਮੈਂ ਤੈਨੂੰ ਪੈਸੇ ਦਵਾ ਦਿੰਦੀ, 10,000 ਜਾਂ 7-8 ਹਜ਼ਾਰ। ਤੂੰ ਕੱਪੜੇ ਲੀੜੇ ਲੈ ਲੈਂਦਾ। ਉਹ ਕੱਪੜਿਆਂ ਨੂੰ ਕੀ ਹੈ, ਉਹ ਸੱਚ ਬਈ ਆਪਣਾ ਪੈਸਾ ਮੇਰੇ ਯਾਦ ਆ ਗਿਆ, ਉਹ ਆਪਣਾ ਸਿਰ ਸੋਚ ਨਾ ਪੈਸੇ ਪਏ ਸੀਗੇ, ਪਤਾ ਨਹੀਂ ਕਿੰਨੇ ਸੀ, ਮੈਂ ਤਾਂ ਗਿਣੇ ਵੀ ਨਹੀਂ ਹੈਗੇ। ਤੇ ਉਹ ਮੈਂ ਚੱਕ ਕੇ ਚਲਾ ਲਏ ਸੀਗੇ, ਮੈਨੂੰ ਐਂ ਹੋ ਗਿਆ ਮਹਾਂ ਦੇਖ ਲਾ ਕੁੜੀ ਜਿੰਨੇ ਰੁਪਏ ਉਹਦੇ ਸਿੱਟ ਤੇ, ਇਹਨੂੰ ਐਂ ਵੀ ਨਹੀਂ ਹੈਗਾ ਵੀ ਜੇ ਚੂਹੇ ਚਾਹੇ ਲੈ ਖਿੱਚ ਕੇ ਫੇਰ। ਹੈ ਉਹ ਪੈਸੇ ਤੂੰ ਚੱਕ ਲਏ? ਕਿਉਂ ਐਡਾ ਹੋ ਕੀ ਹੋ ਗਿਆ? ਉਹ ਮੈਂ ਇੱਥੋਂ ਚੱਲ ਗਈ ਸੀਗੇ, ਤੂੰ ਐਂ ਕਰੀ ਮੈਂ ਜਦੋਂ ਪਿੰਡ ਵਾ ਕੇ ਤੈਨੂੰ ਜਾ ਕੇ ਨਾ ਗੂਗਲ ਪੇ ਕਰ ਦੂੰਗਾ। ਓਹੋ, ਇਹ ਗੱਲ ਨਹੀਂ ਹੈਗੀ ਵੀ ਤੂੰ ਮੈਨੂੰ ਗੂਗਲ ਪੇ ਕਰ ਦੇਗਾ। ਮੈਂ ਤਾਂ ਕੰਮ ਵਾਲੀ ਤਾਂ ਸ਼ੱਕ ਕਰੀ ਜਾਂਦੀ ਸੀ, ਮੈਂ ਤਾਂ ਉਹਦੇ ਨਾਲ ਇੰਨਾ ਕਾਟੋ ਕਲੇਸ ਪਾ ਰੱਖਿਆ, ਲੜਾਈ ਕਰ ਰੱਖੀ ਹੈਗੀ, ਮੈਂ ਤਾਂ ਉਹਦੇ ਜੁੰਮੇ ਲਾਤੇ। ਮੈਂ ਕਿਹਾ ਤੂੰ ਸਾਡੇ ਪੈਸੇ ਲੈ ਗਈ ਚੱਕ ਕੇ, ਮੈਨੂੰ ਤਾਂ ਇਹੀ ਸੀ ਵੀ ਉੱਦਣ ਨਾ ਮੈਂ ਕਾਹਲੀ ਕਾਹਲੀ ਤੇ ਡਿਪੂ ਤੇ ਵਗ ਗਈ ਸੀਗੀ, ਆਪਣੇ ਪਿੰਡ ਵਾਲੀ ਉਹ ਸੁੱਖੀ ਨਹੀਂ ਹੈਗੀ, ਉਹ ਮੈਨੂੰ ਫੋਨ ਲਾਈ ਗਈ ਵੀ ਐਂ ਜਾ ਸੂਟ ਲੈਣ ਚੱਲ ਗਈ, ਮੈਂ ਕਿਤੇ ਐਂ ਰੱਖ ਗਈ ਉਹ, ਪਰ ਮੈਨੂੰ ਨਹੀਂ ਸੀ ਪਤਾ ਵੀ ਉਹ ਤੂੰ ਲਈ ਫਿਰਦਾ। ਮੈਂ ਉਹਦੇ ਨਾਲ ਐਵੇਂ ਕਲੇਸ ਕੀਤਾ ਵਿਚਾਰੀ ਨੇ, ਉਹ ਤਾਂ ਇੰਨੇ ਨਰਮ ਸੁਭਾਅ ਦੀ ਹੈਗੀ। ਉਹ ਚੱਲ ਕੋਈ ਨਾ ਬਈ, ਤੂੰ ਉਹਨੂੰ ਕਹਿ ਦੀ ਵੀ ਚੱਲ ਹੈ ਨਾ ਵੀ ਐਂ ਕਰਕੇ ਸਾਡੇ ਤੋਂ ਹੋ ਗਿਆ ਸੀਗਾ, ਉਹ ਮੈਂ ਲੈ ਗਿਆ ਸੀਗਾ ਪੈਸੇ। ਚੱਲ ਕੋਈ ਨਾ, ਪੈਸੇ ਤਾਂ ਤੂੰ ਰੱਖ, ਮੈਂ ਤੇਰੇ ਤੋਂ ਪੈਸੇ ਮੰਗੇ ਨਹੀਂ ਹੈਗੇ। ਮੈਂ ਤਾਂ ਆਹ ਗੱਲ ਤੋਂ ਹੈਰਾਨ ਹੋ ਗਈ ਵੀ ਮੈਂ ਉਹਦੇ ਨਾਲ ਲੜੀ ਗਈ ਐਵੇਂ ਤੇ ਪੈਸੇ ਤੂੰ ਰੱਖ ਲਏ ਸੀਗੇ ਵੀ ਤੂੰ ਚੱਕ ਲਏ, ਪਰ ਮੈਨੂੰ ਵੀ ਧਿਆਨ 'ਚ ਨਹੀਂ ਰਿਹਾ, ਤੂੰ ਮੈਨੂੰ ਦੱਸ ਦਿੰਦਾ ਤੇਰੇ ਵੀ ਹੁਣ ਯਾਦ ਆਇਆ। ਮੇਰੇ ਦਿਮਾਗ 'ਚ ਨਹੀਂ ਰਿਹਾ ਨਹੀਂ ਤਾਂ ਮਤਲਬ ਉਹਦੀ ਕਹਿੰਦਾ ਦੇਖੋ, ਉਹ ਤਾਂ ਮੈਂ ਬਾਈ ਕੋਲੇ ਵਾ ਗਿਆ ਉੱਥੇ ਕੰਮ ਕਾਰ ਕਰੀ ਗਿਆ ਸੀਗੀ ਸੀਗੇ, ਬਸ ਐਂ ਪਤਾ ਹੀ ਲੱਗਿਆ, ਯਾਦ ਨਹੀਂ ਰਹੇ ਮੇਰੇ ਭੁੱਲ ਭੱਲ ਗਿਆ ਮੈਂ। ਚੱਲ ਕੋਈ ਨਾ ਬਾਈ, ਉਹਦੇ ਨਾਲ ਤਾਂ ਮੈਂ ਆਪੇ ਗੱਲ ਕਰ ਲੂੰਗੀ, ਤੇਰੇ ਬਾਈ ਨੂੰ ਕਹਿ ਦੂੰਗੀ, ਤੂੰ ਆਪਿਆਂ ਨੂੰ ਸਮਝਾਏ ਤੇ ਨਾਲੇ ਤੂੰ ਨਾ ਧਿਆਨ ਨਾਲ ਜਾਈਂ, ਜਾ ਕੇ ਨਾ ਫੋਨ ਲਾ ਦੀ ਮੈਨੂੰ ਹੌਲੀ ਹੌਲੀ ਜਾਈਂ ਨਾਲੇ। ਠੀਕ ਆ ਬਾਈ, ਚੰਗਾ ਫਿਰ, ਧਿਆਨ ਰੱਖੀ ਬੇਬੇ ਬਾਪੂ ਦਾ ਵੀ ਨਾਲੇ, ਕੋਈ ਨਾ ਅਸੀਂ ਮਾਰਾਂਗੇ ਜਿਹੜਾ ਜਦੋਂ ਟਾਈਮ ਲੱਗਿਆ ਤੇਰੇ ਬਾਈ ਨਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ, ਵੀਡੀਓ ਤੁਹਾਨੂੰ ਵਧੀਆ ਲੱਗਦੀ ਤੇ ਪਲੀਜ਼ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ। ਅੱਗੇ ਕੋਮਲ ਬੋਲ। ਹਾਂਜੀ, ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਜੀ, ਗਰੀਬ ਦੀ ਧੀ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ, ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ, ਤੇ ਬਾਕੀ ਜਿਹੜੇ ਵੀ ਤੁਸੀਂ ਪਿੰਡ ਸ਼ਹਿਰ ਤੋਂ ਹੋ ਜੀ, ਤੁਸੀਂ ਵਿੱਚ ਕਮੈਂਟ ਕਰਿਆ ਕਰੋ, ਸਾਨੂੰ ਪਤਾ ਲੱਗਦਾ ਰਹਿੰਦਾ ਵੀ ਸਾਡੀ ਵੀਡੀਓ ਕਿੱਥੇ ਕਿੱਥੇ ਤੱਕ ਦੇਖੀ ਜਾ ਰਹੀ ਹੈ। ਤੇ ਹਾਂਜੀ, ਬਾਕੀ ਹੋਰ ਗੱਲ, ਜੇ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਉਹਦੇ ਵਾਸਤੇ ਵੀ ਤੁਸੀਂ ਕਮੈਂਟ ਕਰਿਆ ਕਰੋ ਜੀ, ਤੇ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਜੀ, ਬਹੁਤ ਜ਼ਿਆਦਾ। ਤੇ ਆਪਦੇ ਅੱਗੇ ਰਿਸ਼ਤੇਦਾਰਾਂ 'ਚ ਵੀ ਵੀਡੀਓ ਸ਼ੇਅਰ ਕਰਿਆ ਕਰੋ ਜੀ।
ਸਹੀ ਗੱਲ ਹੈ ਜੀ, ਸਾਨੂੰ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਹਨਾ ਸਾਡੀ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਕਰੋਗੇ ਤਾਂ ਸਾਡਾ ਹੌਸਲਾ ਵੱਧਦਾ ਰਹਿੰਦਾ, ਸਾਡਾ ਹੌਸਲਾ ਤੁਹਾਡੇ ਵਰਗਿਆਂ ਨੇ ਵਧਾਉਣਾ ਹਨਾ ਜੋ ਕਿ ਸਾਨੂੰ ਪਿਆਰ ਕਰਦੇ ਆ। ਤੁਸੀਂ ਇਸੇ ਤਰ੍ਹਾਂ ਹੀ ਪਿਆਰ ਬਣਾਈ ਰੱਖੋ ਜਿਵੇਂ ਕਿ ਮੇਰੀ ਪਹਿਲੇ ਪਾਠ ਨੂੰ ਪਿਆਰ ਦਿੱਤਾ ਜੀ। ਕੋਈ ਵੀ ਵੱਡਾ ਨਹੀਂ ਹੁੰਦਾ, ਪਬਲਿਕ ਦੇ ਨਾਲ ਹੀ ਅਸੀਂ ਵੱਡੇ ਹਾਂ। ਜੇ ਤੁਸੀਂ ਸਾਨੂੰ ਵੇਖੋਗੇ, ਵੀਡੀਓ ਸਾਡਾ ਸ਼ੇਅਰ ਕਰੋਗੇ, ਕੋਈ ਗਲਤੀ ਹੁੰਦੀ ਆ ਸਾਥੋਂ ਸਾਡੀ, ਉਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਵੀ ਆਹ ਗਲਤੀ ਆ ਤੁਹਾਡੇ ਸੀਨ ਦੇ ਵਿੱਚ, ਉਹ ਅਸੀਂ ਅੱਗੇ ਤੋਂ ਸੁਧਾਰ ਕਰਾਂਗੇ। ਸਹੀ ਗੱਲ ਹੈ ਜੀ। ਇੱਕ ਗੱਲ ਹੋਰ ਹਨਾ, ਜਿਹਦੇ ਕੋਲ ਸਟੋਰੀ ਹੁੰਦੀ ਆ ਉਹ ਕਮੈਂਟਾਂ ਦੇ ਵਿੱਚ ਮੈਸੇਜ ਕਰ ਦਿਆ ਕਰੋ ਕਿ ਸਾਡੇ ਕੋਲ ਸਟੋਰੀ ਹੈਗੀ ਹੈ, ਤੇ ਫਿਰ ਮੈਂ ਆਪਣਾ ਨੰਬਰ ਦੇ ਦਿਆ ਕਰੂੰ ਤੇ ਵਟਸਐਪ ਸਾਨੂੰ ਸਟੋਰੀ ਕਰ ਦਿਆ ਕਰੋ, ਫਲਮਾ ਕੇ ਅਸੀਂ ਸੋਹਣੀ ਬਣਾ ਕੇ ਪਰਿਵਾਰਕ ਸਟੋਰੀ ਹੁੰਦੀ ਆ ਸਾਡੀ ਬੇਚਿਜ ਕੇ ਦੇਖਣ ਵਾਲੀ ਤੇ ਤੁਹਾਡੇ ਅੱਗੇ ਪੇਸ਼ ਕਰਿਆ ਕਰਾਂਗੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਜੇ ਤੁਹਾਨੂੰ ਸਾਡੇ ਪਾਠ ਇਹ ਵਧੀਆ ਲੱਗੇ ਤਾਂ ਇਹਦੇ ਵਿੱਚ ਆਪਣਾ ਰਾਏ ਮਕਸਦ ਜ਼ਰੂਰ ਦੇ ਦਿਓ ਤੇ ਅਸੀਂ ਇਹਨੂੰ ਪਾਠਾਂ ਨੂੰ ਅੱਗੇ ਵਧਾ ਸਕੀਏ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ।